ਰਿਸ਼ਤੇਦਾਰੀਆਂ ਬਣਾਉਣ ਲੱਗਿਆਂ ਵੀ ਬੰਦਾ ਜੇਬ ਵੇਂਦਾ ਜੇਬ ਵੇਂਦਾ ਪਹਿਲਾਂ ਕਿੱਲੇ ਵੇਂਦਾ ਕਿੰਨੇ ਕਿੱਲੇ ਆਉਂਦੇ ਨੇ ਲੜਕੇ ਨੂੰ ਦੁਕਾਨਾਂ ਕਿੰਨੀਆਂ ਹੁੰਦੀਆਂ ਨੇ ਕਾਰੋਬਾਰ ਕਿੰਨੇ ਨੌਕਰੀ ਕਿੰਨੀ ਹੈ ਅੱਛਾ ਮੰਨ ਲਓ ਜੇ ਕਿੱਲੇ 15 ਆਉਦੇ ਹੁਣ ਤੇ ਸਮੈਗ ਪੀਂਦਾ ਹੋਵੇ ਫਿਰ ਉਹ ਬੋਲੋ ਭਾਈ ਹੁਣ ਜੇ ਤੁਸੀਂ ਸਾਧ ਬੈਠੇ ਦੋਰੀ ਅਰੀ ਸੁਣਨਾ ਤੇ ਪੜਨੇ ਆ ਤੁਹਾਨੂੰ ਵੇਖੋ ਮੀਂਹ ਤੁਸੀਂ ਵੀ ਭਿੱਜੇ ਜੇ ਆਪਾਂ ਵੀ ਇੰਨੀ ਦੂਰੋਂ ਆਏ ਆ ਤੇ ਸੁਣਨਾ ਤੇ ਪੈਣਾ ਹੀ ਆਵੇ। ਮੰਨ ਲਓ ਕਿੱਲੇ ਆਉਂਦੇ ਹੁਣ 20 22 ਤੇ ਨਸ਼ਾ ਪੀਂਦਾ ਹੋਵੇ। ਕਿੱਲੇ ਹੁਣ 2 3 ਪਰ ਨਸ਼ਾ ਨਾ ਪੀਂਦਾ ਹੋਵੇ। ਸਾਡੇ ਦਿਮਾਗ 'ਚ ਕਦੀ ਧਿਆਨ ਜਾਊਗਾ ਵੀ ਇਹਦੇ ਨਾਲ ਵੀ ਆਪਣੀ ਧੀ ਤੋੜਦੀ ਏ। ਹੋ ਸਕਦਾ ਇਹ ਚਾਂਨ ਸਾਹਿਬ ਵੀ ਇਹ ਦੋ ਕਿੱਲਿਆਂ ਵਾਲਾ ਕਮਾਈ ਕਰਕੇ 50 ਕਿੱਲੇ ਬਣਾ ਲੂ। ਪਰ ਜਿਹੜਾ ਨਸ਼ਿਆਂ 'ਚ ਪੈ ਗਿਆ ਉਹਨੇ 30 ਤੋਂ ਥੱਲੇ ਛੁੱਟ ਦੇਣਾ ਤੁਹਾਨੂੰ ਤੇ ਛੁੱਟਿਆ ਪਈ ਜਾਂਦੇ। ਨਹੀਂ ਛੁੱਟੇ ਤਾਂ ਦਾਦ ਦੇਓ। ਝੂਠ ਸੱਚ ਮਾਰ ਮਾਰ ਕੇ ਇਦਾਂ ਵਿਚੋਲੇ ਨੂੰ ਛਾਪਾਂ ਛੱਲਿਆਂ ਦੇ ਲਾਲਚ ਦੇ ਦੇ ਕੇ ਵਿਚੋਲੇ ਵੀ ਉਹੋ ਜਿਹੇ ਹੁੰਦੇ ਲਾਈ ਲੱਗ ਜਿਨ੍ਹਾਂ ਨੂੰ ਛਾਪਾਂ ਦੇ ਛੱਲੇ ਤਾਂ ਹੀ ਤੁਸੀਂ ਉਹ ਕਿਹਾ ਬਹੁਤੇ ਵਿਆਹਾਂ ਤੋਂ ਬਾਅਦ ਵਿਚੋਲੇ ਚਾਹ ਪੀਣ ਜੋਗੇ ਨਹੀਂ ਰਹਿੰਦੇ ਨਾ 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 ਉਹ ਉਹ ਪਹਿਲੀ ਗੱਲ ਤੇ ਵਿਆਹ ਵਾਲੇ ਦੇ ਨਹੀਂ ਬਸ ਦੀ ਬਾਰੀ ਨਾਲ ਲੰਮ ਕੇ ਆਉਂਦੇ ਆ ਉਹ ਚਾਹ ਪਿੰਦਿਆਂ ਪਿੰਦਿਆਂ ਗੱਲ ਯਾਰ ਹੋ ਜਾਂਦੀ ਇੱਕ ਗੁਰੂ ਵਿਚੋਲਾ ਵਾ ਜਿਹਦੇ ਬਾਰੇ ਬਾਣੀ ਚ ਲਿਖਿਆ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਦੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਤ ਹੁਣ ਗੁਰੂ ਪੰਮੇ ਪਾਸ਼ਾ ਮਹਾਰਾਜ ਕਹਿੰਦੇ ਮਹਿਮਾ ਸਾਧੂ ਸੰਗ ਕੀ ਮਹਿਮਾ ਸੁਣੋ ਵਡਿਆਈ ਸੁਣੋ ਮਹਿਮਾ ਹੁੰਦੀ ਵਡਿਆਈ ਮਹਿਮਾ ਸਾਧੂ ਸੰਗ ਕੀ ਪਹਿਲਾਂ ਤੇ ਆਪਣੇ ਦਿਮਾਗ ਚ ਪਿਕਚਰ ਕਲੀਅਰ ਕਰੋ ਵੀ ਸਾਧੂ ਕੌਣ ਹੈ ਵੇਖੋ ਇਹਨੂੰ ਕਿਤੇ ਡੈਫੀਨੇਸ਼ਨ ਕਲੀਅਰ ਕਰਨੀ ਕਿਸੇ ਵੀ ਚੀਜ਼ ਦੀ ਜਦੋਂ ਤੱਕ ਡੈਫੀਨੇਸ਼ਨ ਕਲੀਅਰ ਨਹੀਂ ਹੁੰਦੀ ਆਪਾਂ ਨੂੰ ਪਤਾ ਕਿ ਲੱਗੂ ਸਾਧੂ ਕੌਣ ਹੈ ਹੁਣ ਮੈਂ ਇਥੋਂ ਸਾਧੂ ਸ਼ਬਦ ਬੋਲਦਾ ਤਵਜਹ ਦੇ ਕੇ ਸੁਣੋ ਪਿਆਰਿਓ ਇਧਰ ਧਿਆਨ ਦਿਓ ਵਾਹਿਗੁਰੂ ਗੁਰੂ ਪੰਜਵੇਂ ਪਾਸ਼ਾ ਦਾ ਵਾਕ ਪੜਿਆ ਵੀ ਮਹਿਮਾ ਸਾਧੂ ਸਾਰੇ ਬੋਲੋ ਕਰੋ ਮਹਿਮਾ ਸਾਧੂ ਸੰਗ ਕੀ ਸੁਣੋ ਮੀਤਾ ਹੁਣ ਸਵਾਲ ਇਹ ਪੈਦਾ ਹੋ ਗਿਆ ਵੀ ਸਾਧੂ ਕੌਣ ਹੈ ਹੁਣ ਮੰਨ ਲਓ ਮੈਂ ਇਥੋਂ ਸਾਧੂ ਸ਼ਬਦ ਬੋਲਿਆ ਜਿੰਨੇ ਆਪਾਂ ਇੱਥੇ ਬੈਠੇ ਆ ਜੇ ਆਪਾਂ ਸਾਧੂ ਦੀ ਡੈਫੀਨੇਸ਼ਨ ਪਰਭਾਸ਼ਾ ਕਲੀਅਰ ਨਾ ਕੀਤੀ ਤੇ ਹਰ ਇੱਕ ਨੇ ਸਾਧੂ ਦੇ ਅਰਥ ਵੱਖਰੇ ਵੱਖਰੇ ਚੱਕ ਲੈਣੇ ਪਰ ਜਿਹੜਾ ਗੁਰੂ ਅਰਜਨ ਸਾਹਿਬ ਸਾਧੂ ਕਹਿ ਰਿਹਾ ਉਹ ਵਿੱਚੋਂ ਆ ਲੋਪ ਹੋ ਜਾਣਾ ਕਿਉਂਕਿ ਆਮ ਸਾਡੇ ਸਮਾਜ ਚ ਸਾਧੂ ਕਿਹਨੂੰ ਕਹਿੰਦੇ ਆ ਭਲਾ ਬੋਲ ਕੇ ਤੁਸੀਂ ਦੱਸਿਓ ਮੈਂ ਨਹੀਂ ਬੋਲਣਾ ਵੇ ਕੱਲਾ ਫਤਜੀ ਜੀ ਸੇ ਤੂੰ ਹੀ ਨਾ ਬੋਲੋ ਇੱਧਰ ਬੋਲਣ ਦੇਣਾ ਇਹਨਾਂ ਕਹਣਾ ਵੀ ਇਹ ਬੰਦੇ ਨੂੰ ਸਿਖਾ ਕੇ ਲਿਆਏ ਆ ਸਾਹ ਸਮਝੀ ਇਹ ਇਧਰੋਂ ਆਇਆ ਸੀ ਇਧਰੋਂ ਆਇਆ ਜੀ ਹੁਣ ਦੱਸਿਓ ਇਧਰੋਂ ਆਵਾਜ਼ ਆਉਣੀ ਚਾਹੀਦੀ ਐ ਸਾਧੂ ਦੀ ਕੀ ਡੈਫੀਨੇਸ਼ਨ ਜੀ ਆਮ ਸਮਾਜਪਲਾ ਸਾਧੂ ਮਨ ਆਪਣੇ ਦਿਮਾਗ ਜਿਵੇਂ ਮੰਨ ਲਓ ਮੈਂ ਕਹਿੰਦਾ ਜੋਗੀ ਦੀ ਆਪਣੇ ਦਿਮਾਗ ਚ ਪਿਕਚਰ ਤਿਆਰ ਕਰੋ ਇੱਕ ਪੁਲਿਸ ਅਫਸਰ ਦੀ ਆਪਣੇ ਦਿਮਾਗ ਚ ਪਿਕਚਰ ਤਿਆਰ ਕਰੋ ਮੰਨ ਲਓ ਟ੍ਰੇਨ ਦੀ ਪਿਕਚਰ ਬਣਾਓ ਆਪਣੇ ਦਿਮਾਗ ਚ ਆਪਣੇ ਦਿਮਾਗ ਹੀ ਟ੍ਰੇਨ ਦੀ ਪਿਕਚਰ ਬਣ ਜਾਂਦੀ ਵੀ ਇਦਾਂ ਦਾ ਇੰਜਨ ਹੁੰਦਾ ਜੇ ਉਹ ਬਿਜਲੀ ਚੱਲਦਾ ਤਾਂ ਜੇ ਕੋਲਿਆਂ ਤੇ ਚੱਲਦਾ ਤਾਂ ਦਿਮਾਗ ਚ ਪਿਕਚਰ ਬਣ ਗਈ ਨਾ ਹੁਣ ਮੰਨ ਲਓ ਮੈਂ ਐਗਜ਼ਾਮਪਲ ਦੇਣ ਲੱਗਾ ਮੈਂ ਕਹਿੰਦਾ ਜੀ ਐਪਲ ਦੀ ਸੇਬ ਦੀ ਪਿਕਚਰ ਬਣਾਓ ਦਿਮਾਗ ਚ ਬਣ ਗਈ ਨਾ ਸੇਬ ਕਿਦਾਂ ਦਾ ਹੁੰ ਹੁਣ ਸਾਧੂ ਦੀ ਪਿਕਚਰ ਬਣਾਓ ਦਿਮਾਗ 'ਚ ਸਾਧੂ ਕਿਦਾਂ ਦਾ ਹੁੰਦਾ ਚਿੱਟੇ ਚੋਲੇ ਵਾਲਾ ਲਾਲ ਚਲੋ ਕੋਈ ਵੀ ਚੋਲਾ ਪਾ ਸਕਦਾ ਚੋਲੇ ਵਾਲਾ ਜਾਨੀ ਕਿ ਸਾਧੂ ਸਾਡੇ ਸਮਾਜ ਸਾਧੂ ਕਿਹਨੂੰ ਕਹਿੰਦੇ ਆ ਜਿਹਨੇ ਵਿਆਹ ਨਾ ਕਰਾਇਆ ਹੋਵੇ ਲੋਕਾਂ ਨੂੰ ਇਦਾਂ ਆਸ਼ੀਰਵਾਦ ਦਿੰਦਾ ਹੋਵੇ ਬੋਲੋ ਭਾਈ ਇਦਾਂ ਹੀ ਆ ਜੀ ਬੜੇ ਪੁੱਗੇ ਹੋਏ ਸਾਧੂ ਨੇ ਕੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸ਼ਬਦ ਵਿੱਚ ਉਹ ਸਾਧੂ ਦੀ ਗੱਲ ਕਰ ਰਹੇ ਨੇ ਫਿਰ ਆਪਾਂ ਗੱਲ ਅੱਗੇ ਤੋਰਦੇ ਹਾਂ ਵੇਖੋ ਜਦੋਂ ਟੀਚਰ ਪੜਾਉਂਦਾ ਬੱਚਿਆਂ ਨੂੰ ਮੈਥ ਪੜਾਉਂਦਾ ਤੁਹਾਡੇ ਜੋ ਕਈ ਟੀਚਰ ਬੈਠੇ ਹੋਣੇ ਨੇ ਜੇ ਸਟੂਡੈਂਟ ਨੂੰ ਸਮਝ ਨਾ ਆਵੇ ਤੇ ਅੱਗੇ ਪੜਾਉਣ ਦਾ ਫਾਇਦਾ ਕੋਈ ਨਹੀਂ ਅਸੀਂ ਤੇ ਸਾਰੇ ਸਟੂਡੈਂਟ ਆ ਸਾਡੇ ਟੀਚਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਨ ਜੇ ਸਾਡਾ ਸਬਜੈਕਟ ਕਲੀਅਰ ਨਹੀਂ ਹੋਊਗਾ ਆਪਾਂ ਅੱਗੇ ਕਿਦਾਂ ਤੁਰਾਂਗੇ ਜਦੋਂ ਐਗਜ਼ਾਮ ਹੋਏਗਾ ਮੈਂ ਫੇਲ ਹੋ ਜਾਣਾ ਹੁਣ ਜਿਹੜੇ ਬੱਚੇ ਐਗਜ਼ਾਮ ਦੇ ਵਿੱਚ ਪਾਸ ਹੁੰਦੇ ਆ ਇਹਦਾ ਅਰਥ ਵਾ ਵੀ ਉਹ ਬਹੁਤ ਧਿਆਨ ਨਾਲ ਗੱਲ ਸੁਣਦੇ ਆ ਹੁਣ ਪਹਿਲਾਂ ਸਾਧੂ ਦੀ ਆਪਣੇ ਦਿਮਾਗ 'ਚ ਪਿਕਚਰ ਕਲੀਅਰ ਕਰੋ ਵੀ ਸਾਧੂ ਕੌਣ ਹੈ ਗੁਰਬਾਣੀ ਜਿੱਥੇ ਆਖਿਆ ਮਹਿਮਾ ਸਾਧੂ ਸੰਗ ਕੀ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਸਾਧੂ ਦੇ ਸੰਗ ਦੀ ਮਹਿਮਾ ਸੁਣੋ ਬਈ ਆਹ ਤੁਹਾਨੂੰ ਮੈਂ ਮਹਿਮਾ ਦੱਸਾਂ ਅੱਛਾ ਜੇ ਤੇ ਸਾਧੂ ਲੰਬੇ ਚੋਲੇ ਵਾਲਾ ਹੁੰਦਾ ਧਿਆਨ ਨਾਲ ਸੁਣਿਓ ਤੇ ਫਿਰ ਤੇ ਕੰਮ ਹੀ ਬੜਾ ਸੌਖਾ ਹੈ ਵੀ ਪੈਂਟ ਕਿ ਮੂਜੇ ਲਾਉਣ ਨੂੰ ਆ ਕੁਰਤਾ ਜਮਾ ਲਾਗੇ ਚੋੜਾ ਪਾਉਣ ਨੂੰ ਟਾਈਮ ਕਿੰਨਾ ਕੁ ਲੱਗਦਾ ਜੀ ਭਲਾ ਸਾਹੂ ਜੀ ਕੱਪੜੇ ਚੇਂਜ ਕਰਨ ਨੂੰ ਨਹਾ ਕੇ ਸਵੇਰੇ ਕਿੰਨੇ ਕੇ ਚਰਚ ਕੱਪੜੇ ਚੇਂਜ ਹੋ ਜਾਂਦੇ ਬੋਲੋ ਭਾਈ ਇਹ ਦੋ ਤਿੰਨ ਮਿੰਟਾਂ ਦੀ ਖੇਡ ਆ ਵੀ ਬੰਦੇ ਨੂੰ ਤੁਸੀਂ 65 ਮੀਜ ਕਹੋ ਵੀ ਲਾ ਤੂੰ ਚੂਲਾ ਪਾ ਸਾਧੂ ਬਣ ਗਿਆ ਜੇ ਤੇ ਜੇ ਤੇ ਬਾਣੇ ਨੂੰ ਸਾਧੂ ਸਾਧੂ ਕਹਿਣਾ ਫਿਰ ਤੇ ਸਾਧੂ ਬਣ ਦੀ ਖੇੜੀ ਇੰਨੀ ਕ ਕੀ ਇੱਕ ਸਧਾਰਨ ਬੰਦੇ ਨੂੰ ਆਰਮੀ ਦੀ ਵਰਦੀ ਪਵਾ ਦੋ ਤੇ ਉਹ ਆਰਮੀ ਦਾ ਅਫਸਰ ਬਣ ਗਿਆ ਉਨੂੰ ਨੌਮੀਨੇਟ ਟ੍ਰੇਨਿੰਗ ਕਰਨੀ ਪੈਂਦੀ ਆ ਕਿਨੀ ਸਟੱਡੀ ਕਰਨੀ ਪੈਂਦੀ ਆ ਕਿ ਨਾਲ ਉਹਨੂੰ ਪੜ੍ਹਨਾ ਪੈਂਦਾ ਕਿੰਨੀ ਉਹਦੀ ਮਿਹਨਤ ਆ ਤੁਹਾਡੇ ਮੇਰੇ ਵਰਗਾ ਕੋਈ ਗਰਾਊਂਡ ਵਿੱਚ ਚਲਾ ਜਾਏ ਤੇ ਅਸੀਂ ਫੜੇ ਜਾਣਾ ਉਸੇ ਵੇਲੇ ਪਰ ਜੇ 50 ਆਰਮੀ ਦੇ ਨੌਜਵਾਨ ਗਰਾਊਂਡ ਦੇ ਵਿੱਚ ਉਹ ਤੁਰਦੇ ਨੇ ਇੱਕ ਦਾ ਪੈਰ ਸੱਜਾ ਉੱਠਦਾ ਤੇ ਸਾਰਿਆਂ ਦਾ ਪੈਰ ਸੱਜਾ ਉੱਠਦਾ ਕਿਉਂਕਿ ਅਸੀਂ ਟ੍ਰੇਨਿੰਗ ਤੋਂ ਬਿਨਾ ਉਹ ਰੋਜ਼ ਟ੍ਰੇਨਿੰਗ ਕਰਦੇ ਆ ਰੋਜ਼ ਦੌੜਦੇ ਆ ਰੋਜ਼ ਭੱਜਦੇ ਆ ਰੋਜ਼ ਉਹਨਾਂ ਨੂੰ ਪਤਾ ਹੈ ਆਪਾਂ ਨੂੰ ਨਹੀਂ ਪਤਾ ਪਰ ਜੇ ਮੈਂ ਮੈਂ ਦਿਸਣਾ ਹੋਵੇ ਫੌਜੀ ਵਰਗਾ ਤੇ ਵਰਦੀ ਤੇ 10 ਮਿੰਟਾਂ ਦੀ ਖੇਡ ਪਾਉਣੀ ਪਰ ਜੇ ਮੈਂ ਬਣਨਾ ਵਾ ਉਹਦੇ ਵਾਸਤੇ ਮੈਨੂੰ ਮਿਹਨਤ ਉੱਚੀ ਬੋਲੋ ਕਰਨੀ ਪੈਣੀ ਹੁਣ ਜਿਹੜੇ ਸਾਧੂ ਦਾ ਸੰਗ ਕਰ ਲਈ ਗੁਰੂ ਪੰਜਵੇਂ ਪਾਤਸ਼ਾਹ ਕਹਿ ਰਹੇ ਆ ਸਵਾਲ ਇਹ ਪੈਦਾ ਹੁੰਦਾ ਵੀ ਉਹਨਾਂ ਦੇ ਲਾਗੇ ਉਦੋਂ ਸਾਧੂ ਕਿਹੜਾ ਬੈਠਾ ਉਹਨਾਂ ਲਾਗੇ ਤੇ ਸਾਰੇ ਸਿੱਖ ਬੈਠੇ ਆ ਜਦੋਂ ਲਾਹੌਰ ਗਏ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਖੁਦ ਗਏ ਆ ਉਦੋਂ ਕਿਹੜੇ ਉਹਨਾਂ ਦੇ ਸਾਹਮਣੇ ਸਾਧੂ ਬੈਠੇ ਆ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਗ੍ਰੰਥ ਸਾਹਿਬ ਜੋ ਵਿਚਾਰ ਦੇ ਰਹੇ ਆ ਵੀ ਮੈਂ ਮਾਂ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਮੈਲ ਖੋਈ ਕੋਟ ਅਗਹ ਹਰੇ ਨਿਰਮਲ ਪੈ ਚੀਤਾ ਹੁਣ ਬਾਣ ਚ ਨੇਕਾਂ ਸ਼ਬਦ ਨੇ ਸਾਗਰ ਤਰਿਆ ਸਾਰੇ ਬੋਲੋ ਜੀ ਸਾਗਰ ਤਰਿਆ ਸਾਧੂ ਸੰਗੇ ਸਾਗਰ ਤਰਨਾਵਾ ਸਾਧੂ ਦੇ ਸੰਗ ਹੁਣ ਮੈਂ ਪ੍ਰਮਾਣ ਦੇ ਰਿਹਾ ਕਬੀਰ ਜਾ ਘਰ ਸਾਧ ਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰ ਕੇ ਭੂਤ ਬਸੈ ਤਿੰਨ ਮਾ ਹੁਣ ਕਿੰਨੇ ਪ੍ਰਮਾਣ ਨੇ ਸਾਧੂ ਬਾਰੇ ਬਾਣੀ ਚ ਆਏ ਜਾਂਦੇ ਨੇ ਵੀ ਕਬੀਰ ਜਾ ਘਰ ਸਾਧ ਨਾ ਇਹਦਾ ਮਤਲਬ ਸਾਨੂੰ ਆਪਣੇ ਘਰਾਂ ਸਾਧੂ ਨੂੰ ਸੇਵਣਾ ਚਾਹੀਦਾ ਮਾਂ ਭੁਖੀ ਮਰ ਰਹੀ ਹੈ ਬਾਪੂ ਰੋਟੀ ਤੋਂ ਆਤਰ ਹੈ ਤੇ ਮੈਂ ਕਿਸੇ ਸਾਧੂ ਨੂੰ ਸੇਵਾ ਕਰਦੇ ਵਿੱਚ ਫਿਰ ਮੇਰਾ ਘਰ ਜਿਹੜਾ ਸੁਖੀ ਵਸੇਗਾ ਹੁਣ ਸਾਧੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਣੀ ਇੱਥੇ ਸ਼ਬਦ ਪੜ੍ਹ ਲਿਓ ਜਾ ਕੇ 809 ਨੰਬਰ ਅੰਕ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹਦੇ ਅਰਥ ਕੀਤੇ ਨੇ ਇੱਥੇ ਸਾਧੂ ਦਾ ਅਰਥ ਹੈ ਗੁਰੂ ਸਾਰੇ ਬੋਲੋ ਸਾਧੂ ਦਾ ਅਰਥ ਕੀ ਹੈ ਗੁਰੂ ਅਸੀਂ ਹੁਣ ਕਿਹਦਾ ਸੰਗ ਕਰ ਰਹੇ ਹਾਂ ਆਪਣੇ ਸਾਧੂ ਦਾ ਜਦੋਂ ਮੈਂ ਸ਼ਾਮਾਂ ਨੂੰ ਸੋਦਰ ਦਾ ਪਾਠ ਕਰਦਾ ਉਦੋਂ ਮੈਂ ਕਿਹਦਾ ਸੰਗ ਕਰਦਾ ਸਾਰੇ ਬੋਲੋ ਸਾਧੂ ਦਾ ਜਦੋਂ ਮੇਰੀਆਂ ਭੈਣਾ ਵੀਰ ਸੇਰੇ ਉੱਠ ਕੇ ਸਤਿਗੁਰ ਦੀ ਬਾਣੀ ਪੜ੍ਹਦੀਆਂ ਉਦੋਂ ਅਸੀਂ ਕਿਹਦਾ ਸੰਗ ਕਰਦੇ ਹਾਂ ਜੀ ਸਾਧੂ ਦਾ ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਹੀ ਸਾਡੇ ਲਈ ਸਾਧੂ ਹੈ ਕਿਉਂਕਿ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਸਾਧੂ ਦੀ ਮਹਿਮਾ ਸੁਣ ਮੇਰੇ ਮਿਤਰਾ ਮੈਲ ਖੋਈ ਅਛਾ ਇਸ ਸਾਧੂ ਦਾ ਫਾਇਦਾ ਕੀਆ ਇਹ ਤੇਰੇ ਅੰਦਰ ਦੀ ਮੈਲ ਗਵਾ ਦੇਵੇਗਾ ਕਿ ਜਿਉਂ-ਜਿਉਂ ਮੈਂ ਬਾਣੀ ਪੜਾਂਗਾ ਜਿਉਂ-ਜਿਉਂ ਮੈਂ ਬਾਣੀ ਵਿਚਾਰਾਂਗਾ ਚਰਨ ਸਾਧ ਕੇ ਸਾਰੇ ਬੋਲੋ ਚਰਨ ਸਾਧ ਕੇ ਧੋਏ ਧੋਏ ਪੀਓ ਅੱਛਾ ਜੇ ਤ ਸਾਥ ਸਰੀਰ ਵਾ ਕਿਉਂ ਜੀ ਪੈਰ ਧੋ ਕੇ ਪੀਣੇ ਚਾਹੀਦੇ ਬੋਲ ਕੇ ਦੱਸਿਓ ਘਰਾਂ ਇਤੇ ਫਿਲਟਰ ਲਵਾਏ ਆਪਾਂ ਸੋ 2-2 3-3 ਘਰਾਂ ਵਿੱਚ ਤਾਂ ਆਪਣੇ ਸੁੱਖ ਨਾਲ ਫਿਲਟਰ ਲਵਾਏ ਆ ਪਾਣੀ ਚੈੱਕ ਕਰ ਕਰਕੇ ਪੀਨੇ ਆ ਕਈਆਂ ਲੋਕਾਂ ਹੁਣ ਇਹਨਾਂ ਤੁਕਾਂ ਦੇ ਸਹੀ ਅਰਥ ਨਾ ਹੋਣ ਕਰਕੇ ਬਹੁਤੇ ਲੋਕ ਬਾਬਿਆਂ ਦੇ ਪੈਰ ਧੋਤੋ ਕੇ ਘਰਾਂ 'ਚ ਪੀਣ ਲੱਗ ਪਏ। ਵੀ ਇਦਾਂ ਬਾਬੇ ਨੂੰ ਬਿਠਾਓ ਸੋਫੇ ਤੇ ਆਪ ਟੱਬਰ ਬਹਿ ਗਿਆ ਜ਼ਮੀਨ ਤੇ। ਬਾਟਾ ਲਿਆਂਦਾ ਬਾਬਾ ਜੀ ਦੇ ਪੈਰ ਧੋਤੇ। ਪੈਰ ਧੋ ਕੇ ਤੇ ਮੁੜ ਕੇ ਚੂਲੇ ਲੈਣ ਲੱਗ ਪੈਂਦੇ ਆ। ਆ ਇੰਟਰਨੈਟ ਤੇ ਉੱਤੇ ਕਈ ਵੀਡੀਓ ਐਸੀਆਂ ਪਈਆਂ ਹੋਈਆਂ। ਅੱਛਾ ਜੇ ਘਰ 'ਚ ਪਿਓ ਕਵੇ ਨਾ ਕਿਤੇ ਵੀ ਮੇਰਾ ਅਜ ਗੋਡਾ ਦੁਖਦਾ, ਮੇਰਾ ਮੋਡਾ ਦੁਖਦਾ, ਮੇਰੀ ਡਿਸਕ ਪ੍ਰੋਬਲਮ। ਆ ਪੁੱਤ ਮੜੇ ਜੇ ਪੈਰ ਧੋ ਦਿਓ। ਜੋ ਲੋ ਆਂਦੇ ਦੱਸ ਹੱਦ ਕੀ ਹੁੰਦੀ ਆ ਕੋਈ ਗੱਲ ਨਹੀਂ ਆਪੇ ਥੋ ਲੋ ਹਲੀ ਮਾੜੇ ਮੋੜ ਜੇ ਅਜੇ ਸਾਡਿਆਂ ਬਜ਼ੁਰਗਾਂ ਨੇ ਮਿਹਨਤ ਵੀ ਕੀਤੀ ਆ ਦੇ ਬਜ਼ੁਰਗ ਦੇ ਪੈਰ ਧੋਣ ਚ ਹਰ ਜੀ ਵੀ ਕੋਈ ਨਹੀਂ ਘਰ ਚ ਮਾਂ ਬਿਮਾਰ ਐ ਉਹਨੂੰ ਬੁਖਾਰ ਐ ਘਰ ਚ ਦਾਦਾ ਦਾਦੀ ਬਿਮਾਰ ਐ ਉਹਨੂੰ ਗਰਮ ਪਾਣੀ ਨਾਲ ਹੱਥ ਪੈਰ ਧੋਣ ਚ ਹਰ ਜੀ ਵੀ ਕੋਈ ਨਹੀਂ ਜਿੱਥੇ ਜ਼ਰੂਰਤ ਐ ਉੱਥੇ ਅਸੀਂ ਪੈਰ ਪਿਸ਼ਾ ਖਿੱਚ ਲੈਨੇ ਆ ਤੇ ਜਿਹੜੇ ਬਾਬੇ ਚੰਗੇ ਪੜੇ ਸਭ ਕੁਝ ਆਪੇ ਕਰ ਸਕਦੇ ਆ ਉਹਨਾਂ ਦੇ ਪਿਛੇ ਲੋਕ ਬਾਟੇ ਗੜਵੇ ਕਈ ਕੋ ਸਮਾਨ ਲੈ ਕੇ ਤੁਰੇ ਫਿਰਦੇ ਹੁਣ ਸਤਗੁਰ ਦੀ ਬਾਣੀ ਇਥੇ ਕੀ ਕਹਿ ਰਹੀ ਐ ਵੀ ਚਰਨ ਸਾਧ ਕੇ ਧੋਏ ਧੋਏ ਅੱਛਾ ਜੇ ਤੇ ਇਥੇ ਸਾਧ ਬੰਦਾ ਵਾ ਧਿਆਨ ਨਾਲ ਸੁਣਿਓ ਤੇ ਫਿਰ ਤੇ ਸਾਧ ਸੰਗ ਜੀ ਆਪਾਂ ਨੂੰ ਸਾਰਿਆਂ ਨੂੰ ਪੈਰ ਧੋ ਕੇ ਪੀਣੇ ਚਾਹੀਦੇ ਐ ਇਥੇ ਸਾਧ ਗੁਰੂ ਆ ਤੇ ਗੁਰੂ ਦੇ ਚਰਨ ਕੀ ਆ ਹਿਰਦੇ ਚਰਨ ਹਿਰਦੇ ਚਰਣਾ ਸ਼ਬਦ ਸਤਿਗੁਰੂ ਕੋ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ ਗੁਰੂ ਦੀ ਸਿੱਖਿਆ ਹੀ ਗੁਰੂ ਦੇ ਚਰਨ ਨੇ ਹਿਰਦੇ ਚਰਣਾ ਸ਼ਬਦ ਸਤਿਗੁਰੂ ਕੋ ਨਾਨਕ ਬਾਂਦੇਓ ਪਾਲੋ ਏ ਨਾਨਕ ਇਹ ਗੱਲ ਆਖ ਵੀ ਇਹ ਗੱਲ ਪੱਲੇ ਬੰਨ ਲਾ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ ਜਨ ਕੇ ਚਰਨ ਵਸੈ ਮੇਰੇ ਹਿਰੈ ਜਨ ਗੁਰੂ ਚਰਨ ਸ਼ਬਦ ਹੀ ਰਹਿ ਹਿਰਦੇ ਵਿੱਚ ਹੁਣ ਦੱਸੋ ਜਿਹੜੇ ਸਰੀਰ ਦੇ ਆ ਚੰਮ ਦੇ ਪੈਰ ਵਾ ਇਹ ਥੋੜਾ ਹਿਰਦੇ 'ਚ ਵਸਣੇ ਵਸਣਾ ਤੇ ਸ਼ਬਦ ਵਾ ਜਨ ਕੇ ਚਰਨ ਵਸੈ ਮੇਰੇ ਯਾਰ ਤੁਸੀਂ ਸਿੱਖ ਰਿਆ ਤੇ ਮਰਿਆਦਾ ਤੁਹਾਡੇ ਜਿਹਨਾਂ ਪੜ੍ਹੀ ਹੋ ਉਹਨੂੰ ਪਤਾ ਹੋਣਾ ਜਿਹੜੇ ਪੀੜੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਨਾ ਇਹਦੇ ਬਾਰੇ ਪਤਾ ਕੀ ਲਿਖਿਆ ਮਰਿਆਦਾ ਚ ਕਿ ਪੀੜੇ ਦੀਆਂ ਮੁਠੀਆਂ ਭਰਨੀਆਂ ਮਨ ਮਤ ਨੇ ਕੋਈ ਤੁਸੀਂ ਕਈਆਂ ਗੁਰਦੁਆਰਿਆਂ 'ਚ ਵੇਖਿਆਗਾ ਜਦੋਂ ਸੰਗਤ ਪ੍ਰਕਰਮਾ ਕਰਦੀ ਹੈ ਨਾ ਇਦਾਂ ਜਿਹੜੇ ਪੀੜੇ ਉੱਤੇ ਮਰਿਆਦਾ ਪ੍ਰਕਾਸ਼ ਦਉ ਜਾਣ ਲੱਗੇ ਤਾਂ ਪੀੜੇ ਨੂੰ ਇਦਾਂ ਘੁੱਟ ਕੇ ਜਾਂਦੇ ਆ ਤੁਸੀਂ ਕਈਆਂ ਗੁਰਦੁਆਰਿਆਂ 'ਚ ਵੇਖਿਆ ਹੋਣਾ ਉਹ ਆ ਸ਼ਾਫੇ ਗਰੰਥੀ ਸਿੰਘ ਅੱਗੇ ਰੋਕਦਾ ਵਾ ਗਰੰਥ ਸਿੰਘ ਕਹਿੰਦਾ ਅਭੀ ਬੀਬਾ ਵੀ ਇਹ ਨਾ ਕਰੋ ਉਹਨਾਂ ਦੇ ਦਿਮਾਗ ਵਿੱਚ ਆ ਵੀ ਇਹ ਗੁਰੂ ਸਾਹਿਬ ਦੇ ਉੱਚੀ ਵੱਲੋ ਜੀ ਚਰਨਾਂ માં ਵੀ ਇਦਾਂ ਅਸੀਂ ਇਦਾਂ ਨਪਾਂਗੇ ਤੇ ਮਹਾਰਾਜ ਇਦਾਂ ਖੁਸ਼ ਹੋਣਗੇ ਅੱਛਾ ਜੇ ਗਰੰਥ ਸਿੰਘ ਤਾਬਿਆ ਬਿਠਾਏ ਕਹਦੇ ਵੀ ਇੱਥੇ ਵੀੜੇ ਦੇ ਪਾਵੇ ਨਾ ਨਪੋ ਜੇ ਘਰ ਸੱਸ ਨੂੰ ਟਾਈਫਾਇਟ ਆ 10 ਮਿੰਟ ਲੱਤਾਂ ਦਵਾ ਦਿਓ ਉਹਦੇ ਵਾਸਤੇ ਤੇ ਬਾਬਾ ਲੱਭਦੀਆਂ ਫਿਰਦੀਆਂ ਵੀ ਕਦੋਂ ਮਾਤਾ ਦੁਨੀਆ ਤੋਂ ਜਾਵੇ ਉਹਦੇ ਵਾਸਤੇ ਤੇ ਅਸੀਂ ਕੋ ਫਾਂਡਾ ਕਰੋਂਦੇ ਫਿਰਦੇ ਆਂ ਵੀ ਸੱਸ ਸਹੁਰਾ ਸਾਡਾ ਦੁਨੀਆ ਮਾਫ ਕਰਨਾ ਇਹ ਗੱਲ ਸੱਚ ਐ ਜੇ ਬਣਦੀ ਹੋਵੇ ਤਾਂ ਸਾਡੇ ਬਜ਼ੁਰਗ ਬਿਰਦਾ ਆਸ਼ਰਮਾਂ ਚ ਜਾ ਕੇ ੱੱਕੇ ਖਾਂਦੇ ਫਿਰਨ ਜਿਨ੍ਹਾਂ ਦੀ ਬਣਦੀ ਐ ਉਹ ਤਤੀ ਰੋਟੀ ਲਾ ਕੇ ਆਪਣੇ ਸਾਸਰ ਨੂੰ ਘਰ ਚ ਖਾਉਂਦੇ ਆ ਉਹਨਾਂ ਨੂੰ ਬਾਹਰ ਯਾਤਰਾ ਕਰਨ ਦੀ ਲੋੜ ਨਹੀਂ ਗ੍ਰਿਸ਼ਤੀ ਬੰਦਾ ਜਿਹੜਾ ਆਪਣੇ ਟੱਬਰ ਚ ਵਿਵਸਥਾ ਐ 24 ਘੰਟੇ ਕੰਮਕਾਰ ਕਰਦਾ ਉਹਨੂੰ ਬਾਹਰ ਜਾਣ ਦੀ ਲੋੜ ਪੈਂਦੀ ਨਹੀਂ ਇਮਾਨਦਾਰੀ ਬੰਦੇ ਤੇ ਪੱਲੇ ਹੋਵੇ ਨੀਅਤ ਸਾਫ਼ ਹੋਵੇ ਤੇ ਘਰ ਦੀ ਟੂਟੀ ਦਾ ਪਾਣੀ ਕਿਸੇ ਸਰੋਵਰ ਦੇ ਜਲ ਨਾਲੋਂ ਘਟ ਨਹੀਂ ਜੇ ਨੀਅਤ ਖਰਾਬ ਹੋਵੇ ਨੀਅਤ ਮਾੜੀ ਹੋਵੇ ਅਸੀਂ ਤਾਂ ਸਰੋਵਰ ਦੇ ਜਲ ਨੂੰ ਵੀ ਯਰ ਬਣਾ ਦੇਣਾ ਨਾਨਕ ਘਰ ਹੀ ਬੈਠਿਆ ਸ਼ਹਿ ਮਿਲਿਆ ਅੱਗੇ ਬੋਲੋ ਜੇ ਨੀਅਤ ਰਾਸ ਕਰੇ ਨੀਅਤ ਸਾਫ ਅੱਜ ਨੀਅਤ ਦੀ ਪ੍ਰੋਬਲਮ ਹੈ ਹੁਣ ਗ੍ਰੰਥੀ ਸਿੰਘ ਨੇ ਕਿਹਾ ਬੀਬਾ ਕੋ ਧਿਆਨ ਨਾ ਸੁਣਿਓ ਵੀ ਇਹ ਕੰਮ ਨਾ ਕਰੋ ਵੀ ਆਹ ਮੁੱਠੀਆਂ ਨਾ ਪਰੋ ਅਛਾ ਜੇ ਗ੍ਰੰਥੀ ਸਿੰਘ ਪਹਿਲਾ ਮੁੱਠੀਆਂ ਭਰਾਉਂਦਾ ਹੋਇਆ ਮਲੋ ਉਹਨੇ ਨਾ ਰੋਕਿਆ ਤੇ ਕੀ ਕਹਿਣਾ ਸੰਗਤ ਨੇ ਜਾਣ ਲੱਗਿਆਂ ਉਹ ਪਹਿਲਾ ਗ੍ਰੰਥੀ ਸਹੀ ਸੀ ਇਹ ਗ੍ਰੰਥੀ ਤਾਂ ਸਾਨੂੰ ਇਸ ਕੰਮ ਤੋਂ ਬੋਲੋ ਜੀ ਰੋਕਦਾ ਅਛਾ ਜਦੋਂ ਕਿਤੇ ਮੱਝ ਨਾ ਮਿਲੇ ਆ ਹੁਣ ਤਾਂ ਫੜੇ ਜੀ ਲੋਕਾਂ ਚ ਸचेਤ ਹੋ ਗਏ ਸਮਝ ਆ ਗਈ ਮੱਝ ਨਾ ਮਿਲੇ ਪੀੜਾ ਕਰਾਉਣ ਜਾਣਾ ਗ੍ਰੰਥੀ ਕੋਲ ਤੇ ਇਦਾਂ ਉਹਨੇ ਕੋ ਸ਼ਬਦ ਪੜਨਾ ਨਾਲ ਪੀੜੇ ਨੂੰ ਇਦਾਂ ਕਰ ਦੇਣਾ ਜਾ ਕੇ ਮੱਝ ਗਾਂ ਨੂੰ ਦੇਣਾ ਮੱਝ ਗਾਂ ਮਿਲ ਪੈਣੀ ਜੇ ਗ੍ਰੰਥੀ ਉੱਤੇ ਪੜਿਆ ਲਿਖਿਆ ਆ ਜੇ ਸਿਆਣਾ ਆ ਜੇ ਅਸੀਂ ਪਹਿਲੇ ਦੇ ਭਲੇਖੇ ਜਾਈਓ ਕਹੂਗਾ ਬੀਬਾ ਵੀ ਮੱਝ ਗਾਂ ਨੂੰ ਗਾਚਾ ਪਾਓ ਪੱਠੇ ਪਾਓ ਸਟਾਲਾ ਪਾਓ ਉਹਨੂੰ ਹਰੇ ਪੱਠੇ ਪਾਓ ਖਲ ਬੜੇਵੇਂ ਪਾਓ ਨੂੰ ਆ ਪੇੜਿਆਂ ਨਾਲ ਗੱਲ ਨਹੀਂ ਬਣਦੀ ਅੱਛਾ ਫੇਰ ਕੀ ਕਹਣਾ ਜਾਣ ਲੱਗਿਆ ਬੁੜਬੁੜ ਕਰਦੇ ਕਹਿਣਾ ਉਹ ਇਹ ਕਿੱਥੋਂ ਰੱਖ ਲਿਆ ਗ੍ਰੰਥੀ ਉਹ ਪਹਿਲਾਂ ਚੰਗਾ ਸੀ ਨਿਆਣਿਆਂ ਨੂੰ ਫਾਂਡੇ ਵੀ ਕਰ ਦਿੰਦਾ ਸੀ ਇਹ ਨਹੀਂ ਕਹਿਣਾ ਵੀ ਪਹਿਲਾਂ ਮਾੜਾ ਸੀ ਇਹ ਚੰਗਾ ਵਾ ਬੋਲੋ ਭਾਈ ਉਹ ਬੋਲੋ ਗੁਰੂ ਕੇ ਪਿਆਰੇਓ ਇਹ ਨਹੀਂ ਕਹਿਣਾ ਵੀ ਇਹ ਸਾਨੂੰ ਸਗੋਂ ਰੋਕਦਾ ਵਾ ਇਹ ਚੰਗਾ ਵਾ ਇਹ ਜਾਣ ਲੱਗਿਆ ਕਹਿਣਾ ਵੀ ਉਹ ਉਹ ਚੰਗਾ ਸੀ ਅਛਾ ਮੰਨ ਲਓ ਵੀ ਪੇੜੇ ਨਾਲ ਮੱਝ ਮਿਲੀ ਭਲਾ ਮੱਝ ਕਿੱਦਾਂ ਮਿਲੀ ਨੁਕਤਾ ਸੁਣੇ ਹੋਣ ਧਿਆਨ ਨਾਲ ਹੁਣ ਜਦੋਂ ਮੱਝ ਨੂੰ ਚੋਣ ਲੱਗੇ ਜਿਹੜੇ ਮੱਝਾਂ ਗਾਵਾਂ ਰੱਖਦੇ ਆ ਨਾ ਕਈ ਵਾਰੀ ਮੱਝਾਂ ਗਾਵਾਂ ਨੂੰ ਤੁਸੀਂ ਟਾਈਮ ਚੇਂਜ ਕਰ ਦਿਓ ਤਾਂ ਵੀ ਮੱਝ ਨਹੀਂ ਮਿਲਦੀ ਕਈ ਵਾਰੀ ਅਛਾ ਇੱਕ ਚੀਜ਼ ਕਿਉਂਕਿ ਸਾਡਾ ਕੰਮ ਆਪ ਕਿ ਕਿਸਾਨੀ ਦਾ ਮੈਨੂੰ ਪਤਾ ਜੇ ਤੁਸੀਂ ਮੱਜ ਗਾਂ ਨੂੰ ਰੋਜ਼ ਜਗ੍ਹਾ ਚੇਂਜ ਕਰ ਦਿਓ ਚੋਣ ਵਾਲੀ ਕਈ ਵਾਰੀ ਤਾਂ ਵੀ ਉੱਟਕ ਜਾਂਦੀ ਹੈ ਕਈਆਂ ਮੱਝਾਂ ਗਾਵਾਂ ਦਾ ਇਹ ਸਮਾਂਦਾ ਵੀ ਉਹਨੂੰ ਇੱਕੇ ਕਿੱਲੇ ਤੇ ਰੱਖ ਕੇ ਤੁਸੀਂ ਚੋਣਾ ਇੱਕੇ ਕਿੱਲੇ ਨਾਲ ਬੰਨ ਕੇ ਚੋਣਾ ਜਾਂ ਉਹਨੂੰ ਕਈ ਕਈਆਂ ਦੇ ਹੱਥ ਲੱਗੀਆਂ ਹੁੰਦੀਆਂ ਨੇ ਇਹ ਸਭ ਇਹ ਤੁਹਾਨੂੰ ਹਰ ਪਸ਼ੂ ਵਿੱਚ ਵੱਖਰੇ ਵੱਖਰੇ ਲੱਛਣ ਮਿਲਣਗੇ ਤੇ ਕਈ ਪਸ਼ੂ ਐਦਾਂ ਦੇ ਆ ਜਿਹੜਾ ਮਰਜ਼ੀ ਥਾਪੀ ਮਾਰੇ ਕਈ ਐਦਾਂ ਦੀਆਂ ਗਾਵਾਂ ਵੀ ਹੈਗੀਆਂ ਘਰ ਪਰੌਣਾ ਆਵੇ ਜਦੋਂ ਮਰਜ਼ੀ ਦੁੱਧ ਚੋਲੋ ਤੇ ਕਈ گاਵਾ ਐਦਾਂ ਮੱਝਾਂ گاਵਾ ਐਦਾਂ ਦੀਆਂ ਤੁਸੀਂ ਹੁਣ ਮੱਝਾਂ ਗਾਂ ਭੁਖੀ ਸਵੇਰ ਦੀ ਬੱਜੀ ਆ ਪੱਠੇ ਉਹਨੂੰ ਸਵੇਰ ਦੇ ਪਾਏ ਕੋਈ ਨਹੀਂ ਬੇ ਟਾਈਮ ਹੀ ਚੋਣ ਲਗੇ ਉਹ ਮਿਲੀ ਨਹੀਂ ਪੜੇ ਪੇੜਾ ਕਰਨ ਤੁਰ ਪਏ ਹੁਣ ਪੇੜਾ ਕਰਨ ਜਾਣਾ ਉਹਦੇ ਲਈ 10 20 25 ਮਿੰਟ ਲੱਗਣਗੇ ਉਦੋਂ ਤੱਕ ਉਹ ਦੋ ਟੋਕਰੇ ਪੱਠੇ ਖਾ ਗਈ ਆਉਂਦਿਆਂ ਨੂੰ ਪੇੜਾ ਤਾਂ ਮੱਝ ਮਿਲ ਗਈ ਮਿਲੀ ਆ ਪੱਠੇ ਖਾ ਕੇ ਨਾ ਕੀ ਦਾ ਲਗਾ ਪੇੜੇ ਦਾ ਇਦਾਂ ਜਿਹੜੇ ਲੋਕ ਬਾਬਿਆਂ ਕੋ ਜਾਂਦੇ ਬਾਬਾ ਜੀ 3 ਸਾਲ ਹੋ ਗਏ ਪੁੱਤ ਦਾ ਵਿਆਹ ਕੀਤੇ ਨੂੰ ਕੋ ਅਰਦਾਸ ਕਰੋ ਨਾ ਚਲੋ ਬਾਬੇ ਨੇ ਕਿਹਾ ਕੋਈ ਨਹੀਂ ਮਾਰਿਆ ਭਲਾ ਕਰੋ ਪੁੱਤਰ ਦਾ ਦਾਤ ਬਖਸ਼ੀ ਹੁਣ ਬਾਬਾ ਗਿਆ 100 ਘਰਾਂ ਚ ਤੇ 50 60 ਦੇ ਘਰ ਜਵਾਕ ਸੁਖ ਨਾ ਹੋ ਜਾਣੇ ਆ ਉਹ ਜਿਹੜੇ 50 60 ਵਾ ਉਹਨਾਂ ਨੇ ਕੀ ਕਹਿਣਾ ਭਲਾ ਅੱਗੇ ਤੁਸੀਂ ਬੋਲਦੇ ਹੁਣ ਸਾਰੀਆਂ ਗੱਲਾਂ ਮੇਰੇ ਕੋਲ ਨਾ ਨਾ ਕੋ ਆਓ ਵੀ ਮਾਹ ਪਰਖਾਂ ਦੀ ਅਰਦਾਸ ਨਾਲ ਕਿਰਪਾ ਨਾ ਆਇਆ ਦੂਜਾ ਨੁਕਤਾ ਆਪਣੀ ਫਾਈਲ ਤਿਆਰ ਕੀਤੀ ਪੇਪਰ ਭਰੇ ਸਾਰਾ ਕੁਝ ਬਾਬਾ ਜੀ ਕਿਰਪਾ ਕਰੋ ਪੁੱਤ ਬਾਹਰ ਚਲ ਜਵੇ ਚਲੋ ਬਾਬੇ ਨੇ ਅਰਦਾਸ ਕੀਤੀ 100 ਜਵਾਕਾਂ ਦੀ 100 ਵਿੱਚੋਂ 40 50 ਚਲੇਗੇ ਪੱਕੇ ਤੇ ਸੁਖਣਾ ਇਹ ਸੁਖਤੀ ਕਿ ਬਾਬਾ ਜਦੋਂ ਪੁੱਤ ਪੱਕਾ ਹੋਊ ਪਹਿਲੀ ਤਨਖਾਹ ਅੱਗੇ ਬੋਲੋ ਜੀ ਤੁਹਾਡੇ ਆਓ ਚਲੋ ਮਹਾਰਾਜ ਦੀ ਕਿਰਪਾ ਨਾਲ ਇਥੋਂ ਦਾ 2 ਲੱਖ ਉਹਦੇ ਉੱਥੋਂ ਵਾਪਸ 15 10 15 ਵੱਧ ਤੋਂ ਵੱਧ 2-3 ਹਜ਼ਾਰ ਡਾਲਰ ਹੀ ਹੋਗਾ ਉਹ 50 ਪੱਕੇ ਹੋ ਗਏ 50 ਦੀ ਗੱਲ ਨਹੀਂ ਬਣੀ ਇਹ ਇਦਾਂ ਟਰੈਵਲ ਏਜੰਟ ਵੀ ਇੰਨੀ कुंठੀ ਰੱਖਦੇ ਆ ਫਾਰਮ ਭਰਨ ਦਾ ਕੋਈ ਇਨਾ ਖਰਚ ਨਹੀਂ ਜਿਹੜੇ ਪੜੇ ਲਿਖੇ ਬੱਚੇ ਉਹ ਤੇ ਘਰੋਂ ਹੀ ਸਿੱਧਾ ਅਪਲਾਈ ਕਰਦੇ ਆ ਉਹ ਤੇ ਕਹਿੰਦੇ ਸਾਨੂੰ ਪਤਾ ਨੁਕਤਿਆਂ ਦਾ ਵੀ ਗੱਲ ਕਰਦੀ ਫਾਰਮ ਭਰਨ ਦੇ ਕਿੰਨੇ ਕੇ ਪੈਸੇ ਆ ਉਹਨੂੰ ਪਤਾ ਵੀ ਜੇ ਤੇ ਲੱਗ ਗਿਆ ਤਾਂ ਠੀਕ ਆ ਨਾ ਲੱਗਿਆ ਤਾਂ ਠੀਕ ਹੁਣ ਗੱਲ ਕੀ ਬਣੀ 50 ਦਾ ਵੀਜ਼ਾ ਲੱਗ ਗਿਆ ਜੇ 50 ਬੱਚੇ ਬਾਹਰੋਂ ਵਜੇ ਪਹਿਲੀ ਤਨਖਾਹ 2-2 ਲੱਖ ਭੇਜਣਗੇ ਕਿੰਨਾ ਆ ਗਿਆ ਬਾਬੇ ਕੋਲ ਬੋਲ ਕੇ ਤੁਸੀਂ ਦੱਸੋਣ ਕਰੋੜ ਜਿਨ੍ਹਾਂ 50 ਦਾ ਨਹੀਂ ਲੱਗਾ ਉਹਨਾਂ ਪੁੱਤ ਖਣਾ ਕਿਸਮਤ ਮਾੜੀ ਸਾਡਾ ਬਾਲੀ ਟੂਟੀ ਚ ਪਾਣੀ ਨਾ ਲਿਖਿਆ ਜੇ ਨਹੀਂ ਲਿਖਿਆ ਤੁਸੀਂ ੱਕੇ ਖਾਣ ਗਏ ਸੀ ਉੱਥੇ ਜੇ ਤੁਹਾਨੂੰ ਪਹਿਲੇ ਪਤਾ ਵੀ ਤੁਹਾਡਾ ਉਸ ਟੂਟੀ ਦੇ ਨਾਂ ਹੀ ਨਹੀਂ ਲਿਖਿਆ ਤੁਸੀਂ ਬਾਬੇ ਕੋਲ ਕੀ ਲੈਣ ਗਏ ਸੀ ਫਿਰ ਅੱਛਾ ਜੇ ਲੱਗ ਜਾਂਦਾ ਫਿਰ ਟੂਟੀ ਨਾਲ ਚੱਕ ਲੈਣੀ ਸੀ ਨਾਲ ਹੀ ਫਿਰ ਫਿਰ ਬਾਬੇ ਨੇ ਕਿਰਪਾ ਕਰਕੇ ਉਹ ਭਲੇ ਉਹ ਨਾ ਉਜੜੋ ਇਹਨਾਂ ਕਮਾਜ ਜੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰ ਮਨਾ ਰਹੇ ਆ ਮਹਾਰਾਜ ਨੇ ਅਖੌਤੀ ਰਾਜਨੀਤਿਕ ਤੇ ਅਖੌਤੀ ਧਾਰਮਿਕ ਲੋਕਾਂ ਦੇ ਵਿਰੁੱਧ ਜੰਗ ਲੜੀ ਜਿਹੜੀ ਅਖੌਤੀ ਰਾਜਨੀਤਿਕ ਲੋਕ ਸੀ ਜਿਹੜੇ ਹੁਣ ਹੁਣੇ ਗੱਲ ਭੀਮਚੰਦ ਦੀ ਹੋ ਰਹੀ ਸੀ ਭੀਮਚੰਦ ਨੂੰ ਕੀ ਤਖਲੀਬ ਸੀ ਭਲਾ ਨਗਾਰਾ ਸਾਡਾ ਸੀ 18 1682 ਜ ਰਣਜੀਤ ਨਗਾਰਾ ਸਥਾਪਿਤ ਹੋਇਆ ਵੇਖੋ ਨਗਾਰਾ ਗੁਰਦੁਆਰੇ ਦੀਆਂ ਪੰਜਾਂ ਨਿਸ਼ਾਨੀਆਂ ਚ ਨਗਾਰੇ ਦਾ ਨਾਂ ਜ਼ਰੂਰ ਆਉਂਦਾ ਗੁਰਦੁਆਰੇ ਦੇ ਨਗਾਰੇ ਵੱਜਦੇ ਆ ਨਗਾਰਾ ਇੱਕ ਤੇ ਜੰਗ ਦਾ ਸੂਚਕ ਸੀ ਜਦੋਂ ਜੰਗ ਤੇ ਚੜਨਾ ਤੇ ਨਗਾਰਾ ਵੱਜਣਾ ਇੱਥੇ ਵੀ ਜੰਗ ਵਾ ਕੇ ਦੀ ਆ ਇੱਥੇ ਮਨ ਦੀ ਵਿਕਾਰਾਂ ਨਾਲ ਜੰਗ ਵਾ ਸਿਰੇ ਸ਼ਾਮ ਗੁਰਦੁਆਰੇ ਚ ਵਜਦੀ ਨਗਾਰੇ ਇਸ ਗੱਲ ਦਾ ਸਬੂਤਾ ਵੀ ਬੰਦਿਆ ਤਕੜਾ ਹੋ ਜਾ ਇਥੋਂ ਗਿਆਨ ਵਿਚਾਰ ਲੈ ਜਿਹੜੀ ਤੇਰੇ ਅੰਦਰ ਨੂੰ ਤੇਰੇ ਅੰਦਰ ਕਿਉਂਕਿ ਇਹ ਵੀ ਇੱਕ ਜੰਗ ਆ ਜਿੱਥੇ ਸਾਡਾ ਮਨ ਜੋ ਜਨ ਲੂਝੇ ਮਨੇ ਸਿਓ ਸੇ ਪੂਰੇ ਪ੍ਰਧਾਨਾ ਗੁਰੂ ਗ੍ਰੰਥ ਸਾਹਿਬ ਚ 22 ਵਾਰਾਂ ਵਾਂ ਜਿਹੜੀਆਂ ਵੀ ਵਾਰਾਂ ਵਾਂ ਹਰ ਵਾਰ ਵਿੱਚ ਪੌੜੀਆਂ ਨੇ ਕਿਉਂਕਿ ਮੇਨ ਵਾਰਾਂ ਦਾ ਰੂਪ ਪੌੜੀਆਂ ਵਾਂ 20 ਵਾਰਾਂ ਐਸੀਆਂ ਜਿਹੜੀਆਂ ਪੌੜੀਆਂ ਨਾਲ ਸ਼ਲੋਕ ਹੈ ਦੋ ਵਾਰਾਂ ਸਿਰਫ ਜਿਹੜੀਆਂ ਕੱਲੀਆਂ ਪੌੜੀਆਂ ਨੇ ਉਹਨਾਂ ਦੇ ਸ਼ਲੋਕ ਹੈ ਨਹੀਂ ਹੁਣ ਤੁਸੀਂ ਵੇਖਿਆ ਹੋਵੇਗਾ ਆਸਾ ਕੀ ਵਾਰ ਢਾਡੀ ਸਿੰਘ ਨੇ ਗਾਈ ਸੀ ਇੱਕ ਢਾਡੀ ਸਿੰਘ ਨੇ ਆਸਾ ਕੀ ਵਾਰ ਉਹਨੇ ਪੂਰੀ ਸਰੰਗੀ ਦੇ ਨਾਲ ਉਦਾਂ ਹੀ ਜਿਵੇਂ ਢਾਡੀ ਵਾਰਾਂ ਗਾਈਦੀਆਂ ਪੂਰੀ ਤਰ੍ਹਾਂ ਕਿਉਂਕਿ ਵਾਰਾਂ ਲਿਖੀਆਂ ਹੀ ਇਦਾਂ ਗੁਰੂ ਸਾਹਿਬ ਜੀ ਨੇ ਢਾਡੀ ਵਾਰ ਗਾਉਂਦੇ ਸੀ ਕਾਇਰ ਤੋਂ ਕਾਇਰ ਬੰਦਾ ਵੀ ਜਦੋਂ ਮੀਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਲੈ ਆਰੰਭ ਕੀਤੀ ਵੀ ਕਾਇਰ ਤੋਂ ਕਾਇਰ ਬੰਦਾ ਵੀ ਉਹਦਾ ਵੀ ਹੱਥ ਹਥਿਆਰਾਂ ਦੇ ਉੱਤੇ ਚਲਾ ਜਾਂਦਾ ਸੀ ਉਹ ਵੀ ਲੜਨ ਲਈ ਤਿਆਰ ਹੋ ਜਾਂਦਾ ਸੀ ਜਦੋਂ ਬਾਣੀ ਦੀਆਂ ਇਹ ਵਾਰਾਂ ਬਾਣੀ ਦੇ ਉਪਦੇਸ਼ ਸਾਡੇ ਅੰਦਰ ਨੂੰ ਤਿਆਰ ਕਰਦਾ ਤੇ ਅਸੀਂ ਵੀ ਆਪਣੇ ਲਾਲਚ ਨਾਲ ਲੜਨ ਲਈ ਤਿਆਰ ਬਰ ਤਿਆਰ ਹੋ ਜਾਂਨੇ ਹਾਂ ਸਾਨੂੰ ਵੀ ਆਪਣੀ ਬੁਰਾਈ ਨਾਲ ਲੜਨਾ ਆਉਂਦਾ ਹੈ ਮਨ ਜੀਤੈ ਜਗ ਜੀਤ ਜੋ ਜਨ ਲੂਝੇ ਮਨੇ ਸਿਓ ਸੇ ਪੂਰੇ ਪਰਧਾਨਾ ਜਾਂ ਜਾਂ ਹਰ ਕੋ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਹੀयत ਹੈ ਸੂਰਾ ਬਾਣੀ ਉਸ ਨੂੰ ਸੂਰਮਾ ਕਹਿੰਦੀ ਹੈ ਜਿਹੜਾ ਆਪਣੇ ਆਪ ਨਾਲ ਜੰਗ ਕਰਦਾ ਤੋ ਖੈਰ ਸਾਨੂੰ ਗੁਰੂ ਪੰਜਵੇਂ ਪਾਸ਼ਾ ਜੀ ਕਹਿੰਦੇ ਮਹਿਮਾ ਸਾਧੂ ਸੰਗ ਕੀ ਹੇ ਭਾਈ ਆਓ ਸਾਧੂ ਦੇ ਸੰਗ ਦੀ ਮਹਿਮਾ ਧਿਆਨ ਨਾਲ ਸੁਣੋ ਸਾਧੂ ਕੌਣ ਹੈ ਮੇਰਾ ਗੁਰੂ ਆਪਣੇ ਘਰਾਂ ਜੇ ਆਪ ਰੋਜ਼ ਆਪਣੇ ਘਰ ਦੀ ਦਿਨ ਦੀ ਸ਼ੁਰੂਆਤ ਬਾਣੀ ਤੋਂ ਕਰੋ ਵੇਖੋ ਸਾਡੇ ਕਿੰਨਾ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਜਿਸ ਘਰ ਵਿੱਚ ਦਿਨ ਦੀ ਸ਼ੁਰੂਆਤ ਬਾਣੀ ਤੋਂ ਹੁੰਦੀ ਹੈ ਤੇ ਰਾਤ ਆਰੰਭ ਫੇਰ ਬਾਣੀ ਤੋਂ ਹੁੰਦੀ ਹੈ ਦਿਨ ਦੀ ਸ਼ੁਰੂਆਤ ਵੀ ਬਾਣੀ ਤੋਂ ਦਿਨ ਦੀ ਸਮਾਪਤੀ ਵੀ ਬਾਣੀ ਤੋਂ ਜਦੋਂ ਤੁਸੀਂ ਸਵੇਰੇ ਬਾਣੀ ਪੜ੍ਹ ਕੇ ਸ਼ੁਰੂਆਤ ਕੀਤੀ ਸ਼ਾਮ ਨੂੰ ਸੌਣ ਲੱਗੇ ਆ ਫਿਰ ਤੁਸੀਂ ਆਪਣੇ ਘਰ ਸਤਿਗੁਰ ਦੀ ਬਾਣੀ ਨੂੰ ਪੜ੍ਹਿਆ ਅੱਜ ਸਾਡੇ ਘਰਾਂ 'ਚ ਮੌਲ ਆ ਲੋਪ ਹੋ ਗਿਆ ਤੁਹਾਨੂੰ ਸੁਪਨਾ ਕਿਹੜੀ ਚੀਜ਼ ਆਏਗਾ ਜੋ ਤੁਸੀਂ ਦਿਨ ਵੇਲੇ ਸੋਚਦੇ ਹੋ ਜੋ ਤੁਸੀਂ ਜਦਾਂ ਦੇ ਤੁਹਾਡੇ ਵਿਚਾਰ ਚੱਲਦੇ ਆ ਉਹ ਤੁਸੀਂ ਤੁਹਾਨੂੰ ਸੁਪਨਿਆਂ ਦੀ ਜ਼ਿੰਦਗੀ ਵਿੱਚ ਲੈ ਜਾਂਦਾ 16 ਸਬ ਦਾ ਪੰਜਵਾਂ ਸ਼ਬਦ ਪੜ੍ਹੋ ਕਰੋ ਬੇਨੰਤੀ ਸਾਰੇ ਬੋਲੋ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਹੁਣ ਪਹਿਲਾ ਪਹਿਲਾ ਸ਼ਬਦ ਤੇ ਆ ਵੀ ਸਾਨੂੰ ਗੁਰੂ ਸਾਹਿਬ ਮਿੱਤਰ ਕਹਿ ਕੇ ਸੰਬੋਧਨ ਕਰ ਰਹੇ ਸੰਸਾਰ ਵਿੱਚ ਬੰਦਾ ਮਿੱਤਰ ਬਣਾਉਣ ਲੱਗਿਆ ਕਮ ਸੇ ਕਮ ਇਹ ਤੇ ਵੇਖਦਾ ਵੀ ਇਹ ਮੇਰੇ ਬਰਾਬਰ ਹੈ ਕਮ ਸੇ ਕਮ ਮੇਰੇ ਬਰਾਬਰ ਹੋਵੇ ਕੀ ਮੇਰੀ ਬਰਾਬਰਤਾ ਹੈ ਗੁਰੂ ਦੇ ਨਾਲ ਵੀ ਗੁਰੂ ਮੈਨੂੰ ਮਿੱਤਰ ਕਹਿ ਸਕੇ ਕਿੰਨਾ ਪਿਆਰ ਹੈ ਵੀ ਕਿੰਨੀ ਆਪਣਤ ਵਾਲਾ ਸ਼ਬਦ ਹੈ ਵੀ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਕਹੇ ਕਿ ਬੇੜਾ ਇਹਨੂੰ ਪੜਨਾ ਸੰਤ ਟਹਿਲ ਕੀ ਵੇਲਾ ਇਹ ਸੰਤ ਟਹਿਲ ਦੀ ਵੇਲਾ ਵਾ ਸੰਤ ਕੌਣ ਹੈ ਗੁਰੂ ਇਹ ਗੁਰੂ ਦੇ ਸ਼ਬਦ ਸੰਤ ਦੀ ਟਹਿਲ ਕਰਨ ਦੀ ਵੇਲਾ ਵਕਤ ਹੈ ਸਮਾਂ ਸੰਤ ਟਹਿਲ ਕੀ ਵੇਲਾ ਇहां ਖਾਟ ਸਾਰੇ ਬੋਲੋ ਇहां ਖਾਟ ਚਲੋ ਹਰ ਲਾਹਾ ਆ ਗਏ ਬਸ ਨੂੰ ਸੋਇਲਾ ਜਿਵੇਂ ਧੀ ਨੂੰ ਨਹੀਂ ਆਪਾਂ ਕਹਿੰਦੇ ਬਿੱਧੀਏ ਪੇਕੇ ਘਰ ਗੁਣ ਸਿੱਖਲਾ ਸਹਰੇ ਘਰ ਵਸਣਾ ਸੌਖਾ ਹੋਜੂ ਆਪਤੀਆਂ ਨੂੰ ਇਹੋ ਕਹਿੰਦੇ ਪੁੱਤ ਪੇ ਕੇ ਘਰ ਚਾਰ ਗੁਣ ਸਿੱਖ ਲਾ ਰੋਟੀ ਪਕਾਉਣੀ ਸਿੱਖ ਲਾ ਸਬਜ਼ੀ ਬਣਾਉਣੀ ਸਿੱਖ ਲਾ ਕੱਪੜੇ ਪ੍ਰੈਸ ਕਰਨੇ ਸਿੱਖ ਲਾ ਬੋਲਣਾ ਸਿੱਖ ਲਾ ਜੇ ਮਾਂ ਦੇ ਗਾੜੀ ਉੱਚਾ ਬੋਲੇ ਤੇ ਲਾ ਕੇ ਉਹ ਦਾਦੀ ਕੀ ਬੋਲਦੀ ਭਲਾ ਦਾਦੀ ਆਂਦੀ ਆ ਜਿੱਦਾਂ ਅੱਜ ਤੁਹਾਡੇ ਅੱਗੇ ਬੋਲੀ ਆ ਜੇ ਸੱਸ ਅੱਗੇ ਬੋਲੀ ਤੇ ਵਸੂ ਕਿਦਾਂ ਵੀ ਆਜ ਜਿੱਦਾਂ ਜਵਾਬ ਤੈਨੂੰ ਦੇਤਾ ਇਹਨੇ ਜਿੱਦਾਂ ਅਜ ਪੁੱਤਰ ਤੁਹਾਡੇ ਅੱਗੇ ਬੋਲਿਆ ਕਦੀ ਸੋਚ ਕੇ ਵੇਖੋ ਆਉਣ ਵਾਲੇ ਸਮੇਂ 'ਚ ਇਹ ਖਤਰਾ ਆਇਆ ਸਮਾਨ ਭਾਵੇਂ ਚਾਰ ਟਰੱਕ ਭਰ ਕੇ ਦੇ ਦਿਓ ਟਰੱਕ ਨਾਲ ਧੀਆਂ ਨੇ ਨਹੀਂ ਵਸਣਾ ਵਸਣਾ ਹੈ ਪਹਿਕੀਆਂ ਦੇ ਸਲਾਈਆਂ ਲੈਣੀ ਭਾਵ ਕਾ ਕਰ ਸ਼ਿੰਗਾਰੂ ਤਾਂ ਸੁਹਾਗਣ ਜਾਣੀ ਲਾਗੀ ਜਾਂ ਛੈਤਰੇ ਪਿਆਰੋ ਇਹ ਸ਼ਿੰਗਾਰ ਨਾਲ ਪਹਿਕੀਆਂ ਦੇ ਭੈ ਭੈ ਦੀਆਂ ਸਲਾਈਆਂ ਅੱਖਾਂ 'ਚ ਸੁਰਮਾ ਦਿਨਿਆਵੀ ਸੁਰਮਾ ਜਿੰਨਾ ਮਰਜੀ ਪਾਈ ਜਾਓ ਪਰ ਭੈ ਦੀਆਂ ਸਲਾਈਆਂ ਪਾਉਣੀਆਂ ਪੈਣੀਆਂ ਨਿਰਮਲ ਭਾਉ ਆਪਣੇ ਅੰਦਰ ਜਿਹੜੀ ਲਾਂਪਾ ਪੜਦੇ ਆ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਭਰਪੂਰੇ ਨਿਰਮਲ ਪਉ ਇਹ ਪਹਿਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀ ਲਾਗੀ ਜਾਂ ਛੈ ਤਰੇ ਪਿਆਰੋ ਤੋਂ ਇਹਦੇ ਨਾਲ ਗੱਲ ਬਣਨੀ ਵੀ ਜਿਵੇਂ ਇहां ਖਾਟ ਚਲੋ ਹਰਲਾਹਾ ਪੁੱਤ ਅੱਜ ਸਵਾਰਲਾ ਕੱਲ ਤੇਰਾ ਆਪਣੇ ਸਵਾਰ ਸਵਾਰੇ ਜਾਣਾ ਜਿਹੜੇ ਬੱਚੇ 8-10 ਮਹੀਨੇ ਲਗਾਤਾਰ ਸਟੱਡੀ ਕਰਦੇ ਉਹਨਾਂ ਨੂੰ ਇਗਜ਼ਾਮ ਵੇਲੇ ਤਰੇੜੀਆਂ ਆਉਂਦੀਆਂ ਉਹਨਾਂ ਨੂੰ ਕੋਈ ਟੈਨਸ਼ਨ ਹੁੰਦੀ ਆ ਓਏ ਚਾਹ ਨਾਲ ਜਾਂਦੇ ਆ ਤੁਸੀਂ ਕਦੀ ਵੇਖੋ ਆ ਕਈ ਬੱਚੇ ਨਾ ਬਿਨਾਂ ਵਜ੍ਹਾ ਰਾਤ ਬਿਮਾਰ ਹੋਣਗੇ ਸਵੇਰੇ ਸਕੂਲ ਦਾ ਨਾਂ ਸੁਣ ਕੇ ਉਹਨਾਂ ਨੂੰ ਪਤਾ ਹੁੰਦਾ ਵੀ ਪਤਾ ਲੱਗ ਜਾਂਦਾ ਵੀ ਇਹਦਾ ਕੋਈ ਟੈਸਟ ਆ ਅੱਜ ਇਹਨੂੰ ਤਿਆਰੀ ਕੀਤੀ ਕੋਈ ਨਹੀਂ ਆ ਤੇ ਇਹਨੇ ਬੁਖਾਰ ਦਾ ਬਹਾਨਾ ਬਣਾ ਲੈਣਾ ਵੀ ਮੇਰੇ ਪੇਟ ਦਰਦ ਹੋ ਰਹੀ ਆ ਮੈਨੂੰ ਲੂਜ਼ ਮੋਸ਼ਨ ਲੱਗੇ ਆ ਉਹ ਫਿਰ ਲੱਛਣ ਪਤਾ ਹੁੰਦਾ ਘਰ ਦੇ ਨਾਲ ਵੀ ਵੀ ਆਦਾ ਚੈੱਕ ਕਰੋ ਦੀ ਡਾਇਰੀ ਕਿਤੇ ਕੋਈ ਟੈਸਟ ਤਾਂ ਨਹੀਂ ਹੈਗਾ ਉਹ ਮਾਂ ਵੇਂਦੀ ਆ ਜਾਂ ਕੋਈ ਭਰਾ ਵੇਂਦਾ ਭੈਣ ਵੇਂਦੀ ਵੀ ਇਹਦਾ ਤਾਂ ਟੈਸਟ ਸੀ ਤਾਂ ਕਰਕੇ ਬਿਮਾਰ ਹੋਇਆ ਜਾਂ ਬਿਮਾਰ ਹੋਈਆ ਤੇ ਕਈ ਬੱਚੇ ਪ੍ਰਵਾਹੀ ਕੋਈ ਨਹੀਂ ਉਹਦਾ ਟੈਸਟ ਸੀ ਸਗੋਂ ਉਹਨੂੰ ਬੁਖਾਰ ਵੀ ਸੀ ਮਾਂ ਨੇ ਕਿਹਾ ਨਾ ਜਾ ਆਂਦਾ ਨਾ ਜਾਣਾ ਜਾਣਾ ਮੈਂ ਗੱਲ ਫੇਰ ਉੱਥੇ ਆਉਂਦੀ ਸਾਰੀ ਖੇਡ ਸਾਡੇ ਮਨ ਦੀ ਹੈ ਸਾਨੂੰ ਆਪਣੇ ਆਪ ਦੇ ਉੱਤੇ ਯਕੀਨ ਹੋਣਾ ਚਾਹੀਦਾ ਭਰੋਸਾ ਹੁਣ ਸ਼ਬਦ ਵਰਤਿਆ ਇਹੀਂ ਖਾਟ ਚੱਲੋ ਹਰ ਲਾਹ ਇਹੀਂ ਦਾ ਅਰਥ ਹੈ ਜਦੋਂ ਆਪਾਂ ਲੋਕ ਪ੍ਰਲੋਕ ਸ਼ਬਦ ਪੜ੍ਹਦੇ ਆ ਲੋਕ ਦਾ ਅਰਥ ਕੀ ਅੱਜ ਪਰਲੋਕ ਕੱਲ ਸਾਡੇ ਲੋਕ ਪਰਲੋਕ ਦਾ ਅਰ ਸਮਝਦੀ ਆ ਵੀ ਲੋਕ ਆ ਸੰਸਾਰ ਵਾ ਤੇ ਪਰਲੋਕ ਅਗਲਾ ਸੰਸਾਰ ਆ ਉਹ ਭਲੇ ਜੋ ਜੇ ਅਸੀਂ ਇੱਥੇ ਅੱਜ ਹੀ ਵਿਗਾੜ ਲਿਆ ਸਾਡਾ ਅਗਲਾ ਕਿਦਾਂ ਸਬਰੂਗਾ ਜਿਹੜੀ ਧੀ ਪੇਕੇ ਘਰ ਹੁਣ ਲੋਕ ਤੇ ਪਰਲੋਕ ਲੋਕ ਹੀ ਆ ਮਨ ਪਰਲੋਕ ਹੀ ਆ ਮੇਰਾ ਤਨ ਲੋਕ ਹੀ ਆ ਅੱਜ ਪਰਲੋਕ ਹੀ ਆ ਕੱਲ ਲੋਕ ਹੀ ਆ ਵਰਤਮਾਨ ਪਰਲੋਕ ਹੀ ਆ ਮੇਰਾ ਭਵਿਕ ਇਹਨੂੰ ਇਦਾਂ ਸਮਝੋ ਕਿ ਸ਼ਬਦਾਂ ਨੂੰ ਤੇ ਸਾਡਾ ਬੱਚਾ ਇਸ ਦੁਨੀਆ ਤੇ ਸਟੱਡੀ ਵੀ ਕਰੇਗਾ ਪੜ੍ਹੇਗਾ ਵੀ ਮਾਂ ਬਾਪ ਦੀ ਤੁਸੀਂ ਸੌਖਾ ਸਮਝੋ ਬੱਸਾਂ ਵਿੱਚ ਨਹੀਂ ਲਿਖਿਆ ਹੁੰਦਾ ਜੀ ਕਹੋ ਅੱਗੇ ਬੋਲੋ ਪਿਆਰਿਓ ਉਹ ਇਹ ਕਹਿੰਦੇ ਵੀ ਜੀ ਇੱਥੇ ਕਹੋ ਤੇ ਜੀ ਅਗਲੇ ਸੰਸਾਰ ਚ ਕਹੋ ਉਹ ਕਹਿੰਦੇ ਇੱਥੇ ਜੀ ਕਹੋਗੇ ਤੇ ਨਾਲ ਜੀ ਕਹਾਓਗੇ ਤੁਸੀਂ ਕਿਸੇ ਪਟ્રોલ ਪੰਪ ਤੇ ਤੇਲ ਪਾਉਣ ਜਾਂਦੇ ਹੋ ਉਹ ਕਹਿੰਦੇ ਜੀ ਤੇਲ ਐ ਇਸ ਜਨਮ ਪੈਸੇ ਐ ਇਸ ਜਨਮ ਜਿੱਦਾਂ ਤੇਲ ਅਗਲੇ ਜਨਮ ਚ ਲੈ ਲਈ ਐਦਾਂ ਹੁੰਦਾ ਕਦੀ ਤੁਸੀਂ ਕਿਸੇ ਸਟੋਰ ਤੇ ਜਾਂਦੇ ਹੋ ਇੱਕ ਹੱਥ ਪੈਸੇ ਆ ਇੱਕ ਹੱਥ ਪੈਸੇ ਦਿੰਦੇ ਹੋ ਦੂਜੇ ਹੱਥ ਸਾਮਾਨ ਲੈ ਕੇ ਆਉਂਦੇ ਹੋ ਪਰ ਜਦੋਂ ਧਰਮ ਦੀ ਦੁਨੀਆ ਚ ਆਉਂਦੇ ਆ ਕੀ ਆਂਦੇ ਆ ਪਾਠ ਕਰ ਲਾ ਰੱਬ ਦਾ ਨਾਮ ਲੈ ਲਾ ਬਾਣੀ ਪੜਿਆ ਕਰ ਕਹਿੰਦਾ ਕੀ ਇਹਦੇ ਨਾਲ ਤੇਰਾ ਅੱਗਾ ਸਵਾਰਿਆ ਜੂ ਇਹ ਨਹੀਂ ਆਂਦੇ ਤੂੰ ਇੱਥੇ ਸਵਾਰ ਆਪਣਾ ਆਪ ਇੱਥੇ ਸੁਭਾਅ ਬਦਲ ਦੱਸੋ ਜੇ ਕੋ ਬੱਚਾ ਇਸ ਦੁਨੀਆ ਤੇ ਇਸ ਜਨਮ ਚ ਪੜਦਾ ਉਹ ਡਾਕਟਰ ਅਗਲੇ ਅਗਲੇ ਜਨਮ ਚ ਬਣਦਾ ਕਿ ਇਸੇ ਜਨਮ ਦੀ ਬੋਲੋ ਜੀ ਜੇ ਕੋ ਬੱਚਾ ਵਕੀਲ ਦੀ ਲਾ ਦੀ ਸਟੱਡੀ ਕਰਦਾ ਉਹ ਵਕੀਲ ਅਗਲੇ ਜਨਮ ਚ ਬਣਦਾ ਕਿ ਇਸੇ ਜਨਮ ਚ ਬਣਦਾ ਇਸੇ ਜਨਮ ਚ ਬਣਦਾ ਤੋ ਇਹ ਤੋਂ ਸਮਝ ਆਉਂਦੀ ਆ ਕਿ ਇਸੇ ਤਰ੍ਹਾਂ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਕਿੱਦਾਂ ਸਵਾਰਨਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਇਹ ਲੋਕ ਸੁਖੀਏ ਜਿਨੇ ਆਪਣਾ ਲੋਕ ਸੁਖੀ ਕਰ ਲਿਆ ਉਹਦਾ ਪਰਲੋਕ ਆਪਣੇ ਆਪ ਹੀ ਸੁਹੇਲਾ ਹੋਵੇਗਾ ਜਿਨੇ ਆਪਣਾ ਅੱਜ ਵਾਲਿਆ ਸਤਗੁਰੂ ਪਾਤਸ਼ਾਹ ਜੀ ਨੇ ਸਾਡਾ ਕੱਲ ਸਵਾਰਨ ਲਈ ਨਾ ਸਾਡੇ ਤੋਂ ਆਪਣਾ ਅੱਜ ਵਾਰਿਆ ਧਿਆਨ ਨਾਲ ਸੁਣੋ ਇਸ ਗੱਲ ਨੂੰ ਉਹਨਾਂ ਦਾ ਅੱਜ ਸੀ ਸਾਬ ਜਾਦੇ ਗੁਰਗੋਮੇ ਸਿੰਘ ਮਾਰੇ ਦਾ ਅੱਜ ਕੀ ਸੀ ਬਲਾ ਸਾਬ ਜਾਦੇ ਉਹਨਾਂ ਦੇ ਚਾਰੇ ਸਾਬ ਜਾਦੇ ਉਹਨਾਂ ਦੇ ਸਤਿਕਾਰਯੋਗ ਜੀ ਪਿਤਾ ਜੀ ਮਾਤਾ ਜੀ ਉਹਨਾਂ ਨੇ ਆਪਣਾ ਅੱਜ ਸਾਡੇ ਤੋਂ ਕੁਰਬਾਨ ਕਰ ਦਿੱਤਾ ਸਾਡਾ ਕੱਲ ਸਵਾਰਨ ਲਈ ਉਹਨਾਂ ਨੇ ਆਪਣਾ ਵਰਤਮਾਨ ਸਾਡੇ ਤੋਂ ਕੁਰਬਾਨ ਕਰ ਦਿੱਤਾ ਸਾਡਾ ਭਵਿਕਾ ਸਵਾਰਨ ਲਈ ਸਾਡੇ ਤੋਂ ਉਹਨਾਂ ਨੇ ਲੋਕ ਕੁਰਬਾਨ ਕਰ ਦਿੱਤਾ ਸਾਡਾ ਪਰਲੋਕ ਸਵਾਰਨ ਲਈ ਗੁਲਾਮੀ ਦੇ ਜੰਜੀਰਾ ਕੱਢਣ ਲਈ ਜਿਹੜੀ ਅਸੀਂ ਮਾਨਸਿਕ ਤੌਰ ਤੇ ਗੁਲਾਮੀ ਅੱਜ ਵੀ ਹੰਡਾਰੇ ਅੱਜ ਕਿਹੜੀ ਮਾਨਸੋ ਗੁਲਾਮੀ ਨਹੀਂ ਹੈ ਅੱਜ ਵੀ ਵਹਿਮ ਭਰਮ ਪਖੰਡ ਜਿਸ ਦਲਦਲ ਚੋਂ ਗੁਰੂ ਗੋਬਿੰਦ ਸਿੰਘ ਸਿੱਤੇ ਪਾਦਸ਼ਾਹ ਮਹਾਰਾਜ ਤੱਕ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜਿਹੜਾ ਲੰਬਾ ਟਾਈਮ ਲਾ ਕੇ ਮਾਰਾ ਜਿਹੜਾ ਸੰਘਰਸ਼ ਲੜਿਆ ਹੈ ਜਿਹੜੀ جنگ ਹੈ ਜਾਂਕੂ ਇੱਕ ਦੋ ਦਿਨ ਦੀ ਨਹੀਂ ਇਹ ਬੜੀ ਲੰਬੀ ਜੰਗ ਹੈ ਗੁਰਨਾਨ ਸਿੰਘ ਸਾਹਿਬ ਤੋਂ ਸ਼ੁਰੂਆਤ ਹੋਈ ਜਿਸ ਦਿਨ ਬਾਬਰ ਨੂੰ ਜਾਬਰ ਕਿਹਾ ਆਪਾਂ ਤੇਹੋ ਸ਼ਬਦ ਬੋਲਦੇ ਆ ਨਾ ਵੀ ਗੁਰਨਾਨ ਸਿੰਘ ਸਾਹਿਬ ਰੱਬ ਦਾ ਨਾਮ ਜਪਉਣ ਆਏ ਉਹ ਤਾਂ ਪਰਮੇਸ਼ਰ ਦੀ ਗੱਲ ਕਰਨ ਆਏ ਫਿਰ ਬਾਬਰ ਨੂੰ ਜਾਬਰ ਕਿਉਂ ਕਿਹਾ ਆਸਾ ਦੀ ਵਾਰ ਪੜ ਕੇ ਵੇਖੋ ਰਾਜੇ ਸ਼ੀ ਮੁਕਦਮ ਜਦੋਂ ਅਸੀਂ ਪੜਦੇ ਆ ਵੀ ਮਾਨ ਸਖਾਣੇ ਕਰੇ ਨਮਾਜ਼ ਛੁਰੀ ਵਗਾਇਣ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੀ ਆਵੇਂ ਉਹੀ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਗਊ ਬ੍ਰਾਹਮਣ ਕਉ ਕਰ ਲਾ ਵੋ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਤੁਰਕਾ ਪਾਈ ਛੋਡੀ ਲੈ ਪਖੰਡਾ ਜਾਣੀ ਕਿ ਤੁਸੀਂ ਬਾਹਰੀ ਧਰਮ ਜਿਹੜੇ ਧਰਮ ਕਰਮ ਬਾਹਰੀ ਤੌਰ ਤੇ ਹੁਣ ਜਦੋਂ ਗੁਰੂ ਅਰਜਨ ਸਾਹਿਬੇ ਸ਼ਬਦ ਕਹਿੰਦੇ ਵੀ ਕਰਮ ਧਰਮ ਪਾਖੰਡ ਜਿਹੜੇ ਧਰਮ ਦੇ ਨਾਂ ਤੇ ਤੂੰ ਕਰਮ ਕਰਦਾ ਇਹ ਪਖੰਡ ਹੈ ਤੈਨੂੰ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮੁਕ ਸਿਮਰਤ ਜਿਤ ਛੂਟੇ ਕੋਈ ਬੰਦਾ ਠੱਗੀ ਮਾਰਦਾ ਠੱਗੀ ਮਾਰਦਾ ਠੱਗੀ ਮਾਰ ਲੱਗਿਆ ਉਹ ਕੋਸ਼ਿਸ਼ ਕਰਦਾ ਵੀ ਮੈਨੂੰ ਲੋਕੀ ਵੇਖਣ ਠੱਗੀ ਲੋਕੇ ਮਾਰਦਾ ਸ਼ੁਭਕੇ ਮਾਰਦਾ ਵੀ ਕਿਸੇ ਨੂੰ ਪਤਾ ਨ ਲੱਗੇ ਮੈਂ ਠੱਗੀ ਮਾਰੀ ਆ ਪਰ ਮਾੜਾ ਜਾਂ ਚੰਗਾ ਕੰਮ ਕਰਦਾ ਉਦੋਂ ਲੋਕਾਂ ਦਾ ਧਿਆਨ ਖਿੱਚਦਾ ਬਹੁਤੋ ਬਧੀ ਤੁਸੀਂ ਵੇਖੋ ਆ ਮਾਲਾ ਹੀ ਆ ਤੁਸੀਂ ਵੇਖ ਕਈ ਜਾਨੇ ਸਿਮਰ ਨੇ ਹੱਥਾਂ ਵਿੱਚ ਫੜੇ ਹੁੰਦੇ ਆ ਉਹ ਇਦਾਂ ਸਿਮਰ ਨੇ ਇਦਾਂ ਐ ਫੇਰਦੇ ਉਹਨਾਂ ਦੇ ਸਾਹਮਣੇ ਇਦਾਂ ਵਿਖਾਉਣਗੇ ਇਦਾਂ ਹੁਣ ਤੁਹਾਡੇ ਚੋਂ ਗੁਰਬਾਣੀ ਪੜਨ ਵਾਲੇ ਕਈ ਸਿੰਘ ਬੈਠੇ ਹੋਣੇ ਆ ਮੈਨੂੰ ਗੱਡੀ 'ਚ ਬਹਿਣ ਤੋਂ ਪਹਿਲਾਂ ਇਦਾਂ ਮੇਰੇ ਮੈਨੂੰ ਬੜੀ ਖੁਸ਼ੀ ਹੋਏਗੀ ਮੈਨੂੰ ਕੋ ਗੁਰੂ ਗ੍ਰੰਥ ਸਾਹਿਬ ਦੀ ਤੋਕ ਜਰੂਰ ਦੱਸਿਓ ਜਿਹੜੀ ਮਾਲਾ ਦੇ ਹੱਕ ਵਿੱਚ ਹੋਵੇ ਹੋ ਸਕਦਾ ਮੈਂ ਨਾ ਪੜ੍ਹੀ ਹੋਵੇ ਮੈਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਤੋਕ ਲੱਭੀ ਨਾ ਹੋਵੇ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਮਾਲਾ ਫੇਰਨ ਵਾਲੇ ਨੂੰ ਸਤਿਗੁਰ ਦੀ ਬਾਣੀ ਨੇ ਸਿਰੇ ਦਾ ਪਖੰਡੀ ਆਖਿਆ ਸਿਰੇ ਦਾ ਪਖੰਡੀ ਮੈਂ ਗੁਰੂ ਦੀ ਹਜ਼ੂਰੀ ਤੇ ਗੱਲ ਕਹੀ ਨਾ ਹੁਣ ਮੈਂ ਤੁਕਾਂ ਪੜਨ ਲੱਗਾ ਸੁਣ ਲਈ ਹੁਣ ਧਿਆਨ ਨਾਲ ਤਕਬੀਰ ਜਪਣੀ ਕਾਠ ਕੀ ਜਪਣੀ ਕਹਿੰਦੇ ਮਾਲਾ ਨੂੰ ਕਿ ਆ ਦਿਖਲਾਵੇਂ ਪੜੋ ਨਾਲ ਨਾਲ ਤੁਸੀਂ ਪੜੋਗੇ ਮੈਨੂੰ ਥੋੜਾ ਜਿਹਾ ਸਹਾਇਤਾ ਮਿਲ ਜੂ ਵੀ ਇਹ ਗੁਰੂ ਰੰਗ ਸਾਹਿਬ ਜੀ ਲਿਖਿਆ ਜੇ ਤੁਸੀਂ ਨਾ ਪੜੀਆ ਤਾਂ ਉਹਨੇ ਕਹਣਾ ਕੋਲੋਂ ਸੁਣਾ ਗਿਆ ਕਬੀਰ ਜਪਣੀ ਜਪਣੀ ਕਹਿੰਦੇ ਮਾਲਾ ਨੂੰ ਕਾਠ ਕਹਿੰਦੇ ਨੇ ਲੱਕੜ ਨੂੰ ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵਾਂ ਹੁਣ ਲੋਏ ਮਨ ਲੋਕਾਂ ਨੂੰ ਵਿਖਾਉਂਦਾ ਨਾ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਹ ਬੜਾ ਨਾਮ ਜਪਦਾ ਕਹਿੰਦੇ ਹਿਰਦੇ ਰਾਮ ਨਾ ਚੇਤੇਈ ਇਹ ਜਪਣੀ ਕਿਆ ਹੋਏ ਜੇ ਹਿਰਦੇ ਦੀ ਰੱਬ ਦਾ ਨਾਮ ਹੈ ਨਹੀਂ ਤੇ ਇਹ ਹੁਣ ਜਿਵੇਂ ਮੰਨ ਲਓ ਇੱਕ ਬੱਚੇ ਨੇ ਮਾਲਾ ਫੜੀ ਇਦਾਂ ਦੂਜਾਂ ਦਾ ਇਹ ਕਰਦਾ ਕਹਿੰਦਾ ਇਹ ਚ ਮੈਂ ਆਪਣੇ ਬਾਪੂ ਦਾ ਨਾਮ ਜਪਦਾ ਬਾਪ ਹੁੰਦਾ ਇਹਨੂੰ ਇਹਨੂੰ ਪੁੱਛ ਕੇ ਵੇਖੋ ਵੀ ਘਰ ਮੇਰੇ ਨਾਲ ਬੋਲਦਾ ਕਦਾ ਏ ਇਹਨੂੰ ਪੁੱਛੋ ਉਹ ਵੀ ਜਦੋਂ ਘਰ ਰਿਸ਼ਤੇਦਾਰ ਨਹੀਂ ਹੁੰਦਾ ਉਦੋਂ ਤੁਸੀਂ ਵੇਖਣਾ ਕਈ ਬੰਦੇ ਜਿਹੜੇ ਕੋ ਆਇਆ ਗਿਆ ਹੋਊਗਾ ਨਾ ਕਈ ਬੀਬੀਆਂ ਵੀ ਇਹ ਸਰਦਾਰ ਜੀ ਐਦਾਂ ਤੇ ਅੱਗੋਂ ਪੁੱਛੋ ਸਰਦਾਰ ਜੀ ਨੂੰ ਪੁੱਛੋ ਵੀ ਸਰਦਾਰ ਜੀ ਦੀ ਹਾਲਤ ਕੀ ਹੁੰਦੀ ਘਰ 'ਚ ਉਹ ਵੀ ਉਹ ਵੀ ਐਦਾਂ ਫੇ ਸਰਦਾਰ ਜੀ ਕਹਿ ਕੇ ਬੁਲਾਉਂਦਾ ਨਿਆਣੇ ਹੱਸਦੇ ਆ ਵੀ ਆਹ ਰਿਸ਼ਤੇਦਾਰ ਸਾਡੇ ਘਰ ਆ ਕਿਤੇ ਸੌਂ ਰੱਬ ਦੀ ਪੱਕੇ ਸਾਡੇ ਘਰ ਰਹਿ ਪੈਣਾ ਨਾ ਸਾਡੇ ਘਰ ਦਾ ਮਾਹੌਲ ਬਦਲ ਜੀ ਬਾਣੀ ਚ ਲਿਖਿਆ ਕਬ ਚੰਦਨ ਕਬ ਅੱਕ ਢਾਲ ਹੁਣ ਜਿਹੜੇ ਰਿਸ਼ਤੇਦਾਰ ਨੇ ਸਾਹਮਣੇ ਉਹਨੇ ਮੂੰਹ ਭਰ ਕੇ ਸਰਦਾਰ ਜੀ ਕਿਹਾ ਨਾ ਉਹਨੇ ਘਰ ਜਾ ਕੇ ਲੜਾਈ ਪਾਤੀ ਤੂੰ ਤੇ ਮੈਨੂੰ ਸਰਦਾਰ ਜੀ ਕਦੀ ਕਿਹਾ ਹੀ ਨਹੀਂ ਉਹ ਗੁੱਸਾ ਨਾ ਬਣਾਇਓ ਹਕੀਕਤ ਸਮਾਜ ਦੀ ਅਸਲ ਹੁਣ ਕਹੀ ਇਦਾਂ ਆਇਆ ਕੇ ਰਿਸ਼ਤੇਦਾਰ ਸਾਹਮਣੇ ਬੀਬੀ ਜੀ ਰੋਟੀ ਖਾਓਗੇ ਨੂੰ ਇਦਾਂ ਪਿਆਰੇ ਬੀਬੀ ਜੀ ਫੁਲਕਾ ਖਾਓਗੇ ਮੰਮੀ ਜੀ ਫੁਲਕਾ ਖਾਓਗੇ ਤੂੰ ਮੰਮੀ ਵੀ ਸੋਚਦੀ ਆ ਵੀ ਅੱਜ ਆਏਗੇ ਰਿਸ਼ਤੇਦਾਰ ਸਾਹਮਣੇ ਪਹਿਲਾਂ ਪੁੱਛਿਆ ਗਿਆ ਮੈਨੂੰ ਉਗੋਂ ਪੁੱਛੂ ਕਹਿੰਦੇ ਆਪੇ ਪਾਖ ਖਾਲਾ ਕੋਈ ਗੱਲ ਨਹੀਂ ਮੇਰੇ ਕੋਲ ਟਾਈਮ ਨਹੀਂ ਮੈਂ ਤੇ ਆਪਣੇ ਬੱਚੇ ਸੰਭਲ ਰਹੀ ਆ। ਵੀ ਇੰਨਾ ਤਾਂ ਕੰਮ ਕਰ ਲੋ ਆਪੇ ਪਾਗ ਨਹੀਂ ਖੱਦ ਜਾਂਦੀ। ਵਖਾਵਾ ਜਿੱਥੇ ਅਸੀਂ ਉਜੜੇ ਆਂ ਜਿੱਥੇ ਸੜਾ ਨੁਕਸਾਨ ਹੋਇਆ ਹੈ। ਨੁਕਸਾਨ ਸਾਡਾ ਇੱਥੇ ਹੋਇਆ ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਨਹੀਂ ਆਈ। ਭੈਣੋਂ ਧਿਆਨ ਨਾ ਸੁਣਿਓ। ਭੈਣ ਦੀ ਵਿਆਹੀ ਗਈ ਹੈ ਸਹੁਰੇ ਘਰ ਆ ਗਈ ਆ। ਪਿਛੋਂ ਸੁਨੇਹਾ ਮਿਲੇ ਕਿ ਮੇਰੀ ਪਰਜਾਈ ਮੇਰੀ ਮਾਂ ਨੂੰ ਪੁੱਛਦੀ ਨਹੀਂ ਬੜੀ ਤਕਲੀਫ ਹੁੰਦੀ ਹੈ ਭੈਣੇ ਇੱਥੇ ਵੀ ਤਨ ਤੂੰ ਕਿਸੇ ਦੀ ਨੋ ਬਣ ਕੇ ਆਈ ਹੈ ਇੱਥੇ ਵੀ ਤਾਂ ਤਰਾ ਫਰਜ ਬਣਦਾ ਹੈ ਨਾ ਉੱਥੇ ਤੂੰ ਪੰਚਾਇਤ ਲੈ ਕੇ ਪਹੁੰਚ ਜਾਨੀ ਪਰਜਾਈ ਨੂੰ ਪੁੱਛਦੀ ਹੈ ਐਦਾਂ ਸਰਪੰਚ ਬਣ ਕੇ ਜਾ ਕੇ ਉੱਥੇ ਕਹਿੰਦੀ ਹੈ ਤੂੰ ਮੇਰੀ ਮਾਂ ਨੂੰ ਰੋਟੀ ਕਿਉਂ ਨਹੀਂ ਪੁੱਛੀ ਹੁਣ ਤੇਰੇ ਤੇ ਸਰਪੰਚ ਕੌਣ ਬਣੇ ਤੈਨੂੰ ਕੌਣ ਦੱਸੇ ਜਿੱਦਣ ਅਸੀਂ ਆਪਣੇ ਘਰਾਂ ਦੇ ਮਸਲੇ ਹੱਲ ਕਰ ਦਤੇ ਸਾਡੇ ਘਰਾਂ ਚ ਤਲਾਕ ਨਹੀਂ ਹੋਏਗਾ ਚਾਰ-ਚਾਰ ਛਿਲੜਾਂ ਦੇ ਪਿਛੇ ਸਾਡੇ ਮਸਲੇ ਉਲਝਣਗੇ ਨਹੀਂ ਅਸੀਂ ਜਾ ਕੇ ਬਾਬਿਆਂ ਕੋਲ ਪੁੱਜ ਬਾਬਾ ਜੀ ਪੁੱਤ ਨਹੀਂ ਆ ਕੇ ਲੱਗਦਾ ਬਾਬਾ ਜੀ ਨੋ ਨਹੀਂ ਆ ਕੇ ਲੱਗਦੀ ਤੇ ਲਾ ਕੇ ਚੇਲੇ ਹੱਸਦੇ ਕਹਿੰਦੇ ਇਹਦੇ ਨੋ ਪੁੱਤ ਹੈਗੇ ਜਿਹਨੂੰ ਪੁੱਛਣ ਡੈ ਜੇ ਇਹ ਕਿਸੇ ਗ੍ਰਿਸ਼ਟੀ ਨੂੰ ਪੁੱਛੋ ਉਹ ਭਾਈ ਜੇ ਹਰਮੋਨੀਆ ਨਹੀਂ ਸੁਰਜ ਹੈਗਾ ਤੇ ਕਿਹਨੂੰ ਪੁੱਛੋਗੇ ਭਲਾ ਜਿਹਨੂੰ ਹਰਮੋਨੀਆ ਵਜਾਉਣਾ ਆਉਂਦਾ ਜੇ ਹਰਮੋਨੀਆ ਜਿਹਨੂੰ ਜਿਹੜੇ ਹਰਮੋਨੀਆ ਨੂੰ ਇਹ ਸੁਰਜ ਕੀਤਾ ਹੈ ਪਤਾ ਉਹਨੂੰ ਸਰਗਮਾ ਬਾਰੇ ਨੌਲੇਜ ਵਾ ਹੁਣ ਜਿਸ ਬੰਦੇ ਨੂੰ ਕੋਈ ਹਰਮੋਨੀਆ ਬਾਰੇ ਨੌਲੇਜ ਹੈ ਨਹੀਂ ਉਹਦੇ ਕੋਲ ਜਾ ਕੇ ਤੁਸੀਂ ਕਹੋ ਜੀ ਮੈਨੂੰ ਇਹ ਹਰਮੋਨੀਆ ਬਾਰੇ ਦੱਸੋ ਕਿਦਾ ਭਰਾ ਮੈਨੂੰ ਕੀ ਪਤਾ ਮੇਰੇ ਵੱਤ ਲੱਕੜ ਦੀ ਪੇਟੀ ਹੋਰ ਤੇ ਕੱਖ ਵੀ ਨਹੀਂ ਆਗੀ ਗੁਰੂ ਕੋਲ ਆਓ ਗੁਰੂ ਪਾਤਸ਼ਾਹ ਗ੍ਰਸਤੀ ਨੇ ਇੱਥੇ ਇੱਕੋ ਪਾਤਸ਼ਾਹ ਨੇ ਸਬਕ ਦੇਣਾ ਹੈ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬੜੀਰੇ ਤੋਂ ਬਹੁਤ ਤਿੰਸੇਉ ਝਗੜਤ ਪਾਪ ਹੁਣ ਗ੍ਰਿਸ਼ਤੀ ਕਿੱਥੋਂ ਕੇ ਬਾਬਾ ਕਿੱਥੋਂ ਕਹਿ ਦਊਗਾ ਕਾਹੇ ਪੁੱਤ ਝਗੜਤ ਹੋ ਸੰਗ ਬਾਪ ਕੋਈ ਪੁੱਤਰ ਹੋਏਗਾ ਤੇ ਸ਼ਬਦ ਬੋਲੇਗਾ ਨਾ ਔਲਾਦ ਹੋਏਗੀ ਤੇ ਕਹੇਗਾ ਨਾ ਗ੍ਰਿਸ਼ਤੀ ਗੁਰੂ ਨੇ ਸਾਨੂੰ ਵਿਚਾਰ ਗੁਰੂ ਨਾਨਕ ਸਾਹਿਬ ਤੋਂ ਮੈਂ ਕਹਿੰਦਾ ਸਿਰ ਝੁਕਦਾ ਧੰਨ ਗੁਰਨਾਨ ਨਾਹਿਬ ਜੀ ਦੇ ਅੱਗੇ ਗੁਰਨਾਨ ਸਾਹਿਬ ਤੋਂ ਪਹਿਲਾਂ ਵੀ ਤੇ ਅੱਜ ਵੀ ਕਦੀ ਆਪਣੇ ਝੁਗਰਦੇ ਧਿਆਨ ਮਾਰ ਕੇ ਵੇਖੋ ਆਪਣੀ ਮਰਜ਼ੀ ਨਾਲ ਕੋ ਵਿਆਹ ਨਾ ਕਰਾਵੇ 100 ਵਾਰ ਨਾ ਕਰਾਵੇ ਪਰ ਕੋ ਵਿਆਹ ਨਾ ਕਰਾ ਕੇ ਇਹ ਕਵੇ ਜੀ ਸਾਡੇ ਬਾਬਾ ਜੀ ਨੇ ਕੌਮ ਤੇ ਬੜਾ ਬੜਾ احਸਾਨ ਕੀਤੇ ਇਸੇ ਦਾ ਪਖੰਡ ਹੈ ਗੁਰੂ ਨਾਨਕ ਸਾਹਿਬ ਤੋਂ ਵੱਧ ਕਿਸੇ ਨੇ ਦੁਨੀਆ ਦਾ ਸਵਾਰਨ ਗ੍ਰਸਤੀ ਨੇ ਗੁਰੂ ਅੰਗਦ ਸਾਹਿਬ ਤੋਂ ਵੱਧ ਕਿਸੇ ਨੇ ਸਵਾਰਨ ਉਹ ਵੀ ਗ੍ਰਸਤੀ ਨੇ ਗੁਰੂ ਰਾਮਦਾਸ ਮਹਾਰਾਜ ਤੋਂ ਵੱਧ ਕਿਸੇ ਨੇ ਸਵਾਰਨ ਉਹ ਵੀ ਗ੍ਰਸਤੀ ਨੇ ਗੁਰਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਸਾਲ ਲੈ ਲਓ ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਆ ਸਤਿਗੁਰ ਕੈ ਉਪਦੇਸ਼ ਜਦੋਂ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਾਂਗੇ ਗੱਲ ਸਮਝ ਆਏਗੀ ਪਾਤਸ਼ਾਹ ਦੀ ਬਾਣੀ ਕਹਿੰਦੀ ਕੀ ਹੈ ਸਾਨੂੰ ਸਤਿਗੁਰ ਨੇ ਸਾਨੂੰ ਉਪਦੇਸ਼ ਵਿਚਾਰ ਕੀ ਬਖਸ਼ਿਸ਼ ਕੀਤੀ ਹੈ ਮਹਿਮਾ ਸਾਧੂ ਸੰਗ ਕੀ ਆਓ ਆਪਣੇ ਘਰਾਂ ਵਿੱਚ ਬਾਣੀ ਦੀਆਂ ਪੋਥੀਆਂ ਰੱਖੋ ਬਾਣੀ ਦੀ ਵਿਚਾਰ ਕਰੋ ਆਪਣੇ ਗੁਰੂ ਗਿਆਨ ਦਾ ਸੰਗ ਕਰੋ ਸੁਣੋ ਮੇਰੇ ਮੀਤਾ ਮਹਾਰਾਜ ਦਾ ਫਾਇਦਾ ਕੀ ਹੋਏਗਾ ਕਿਤੇ ਮੈਲ ਖੋਈ ਜੋ ਜਿਉ ਨੂੰ ਪੜੋਗੇ ਤੁਹਾਡੇ ਅੰਦਰ ਜਿਹੜੀ ਸੱਸ ਪ੍ਰਤੀ ਮੈਲ ਹੈ ਸਹੁਰੇ ਪ੍ਰਤੀ ਮੈਲ ਹੈ ਦੇਰਾਂ ਜੇਠਾਂ ਪ੍ਰਤੀ ਮੈਲ ਹੈ ਘਰ ਵਾਲੀ ਪ੍ਰਤੀ ਮੈਲ ਹੈ ਘਰ ਵਾਲੇ ਪ੍ਰਤੀ ਮੈਲ ਹੈ ਆਪਣੇ ਸਮਾਜ ਦੇ ਲੋਕਾਂ ਪ੍ਰਤੀ ਮੈਲ ਹੈ ਇਹ ਮੈਲ ਗੁਰੂ ਦੇ ਸ਼ਬਦ ਗਿਆਨ ਨਾਲ ਧੁੱਪ ਜਾਏਗੀ ਮੈਲ ਖੋਈ ਕੋਟ ਕੋਟ ਦੇ ਟੈਂਕੇ ਨੂੰ ਸਿਹਾਰੀ ਆ ਇਹ ਦਾ ਅਰਥ ਕਰੋੜਾਂ ਵਾ ਜਦੋਂ ਕੋਟ ਦੇ ਟੈਂਕੇ ਨੂੰ ਔਂਕੜ ਲੱਗਾ ਉਹ ਦਾ ਉਹ ਦਾ ਅਰਥ ਕਿਲਾ ਵਾ ਜਦੋਂ ਟੈਂਕਾ ਮੁਕਤ ਆਊਗਾ ਉਹ ਦਾ ਅਰਥ ਕਿਲੇ ਨੇ ਪੜਾਂਗੇ ਤੈਨਾਂ ਨੂੰ ਕੋਟੀ ਨਾ ਸਿਆਰੀ ਬੋਲਣ ਚਾਹੇਗੀ ਨਾ ਔਂਕੜ ਬੋਲਣ ਚਾਹੇਗਾ ਇਹ ਵਿਆਕਰਨ ਨਾ ਬਾਣੀ ਦਾ ਨੁਕਤੇ ਨੇ ਕੋਟ ਕੋਟ ਤੀਰਥ ਸਮਝਣ ਇਸ਼ਾਨਾ ਇਸ ਅਕਲ ਮੈਂ ਮੈਲ ਭਰੀ ਜੇ ਉੱਥੇ ਵੀ ਕੋਟ ਦੇ ਟੈਂਕੇ ਨੂੰ ਸਿਆਰੀ ਆ ਜਿਹੜੇ ਆਮ ਸਾਡੇ ਡੇਰੇਦਾਰ ਸੰਪਰਦਾਇ ਕਹਿੰਦੇ ਬਾਣੀ ਚ ਕਿਹੜਾ ਵਿਆਕਰਨ ਹੈ ਜੀ ਇੱਕ ਸਿਆਰੀ ਇੱਕ ਬਿਹਾਰੀ ਦਲਾਵਾ ਔਂਕੜ ਇਹਨਾਂ ਦੇ ਵੀ ਗੁਰੂ ਗ੍ਰੰਥ ਸਾਹਿਬ ਚ ਕੁਝ ਅਰਥ ਨਹੀਂ ਸਾਹਿਬ ਜੀ ਬਿਨਾ ਅਰਥਾਂ ਤੋਂ ਐਵੇਂ ਨਹੀਂ ਮਹਾਰਾਜ ਨੇ ਲਿਖ ਦਿੱਤਾ ਸਮਾ ਕੱਢੋ ਆਪਣੇ ਪਰਿਵਾਰਾਂ ਚ ਵਕਤ ਕੱਢੋ ਬਾਣੀ ਦੀਆਂ ਪੋਥੀਆਂ ਦਾ ਸਹਿਜ ਪਾਠ ਆਪ ਕਰਨਾ ਸ਼ੁਰੂ ਕਰੋ ਹੁਣ ਤੇ ਸ਼ਬਦ ਵਰਤਿਆ ਮੈਲ ਖੋਈ ਕੋਟ ਅਗ ਹਰੇ ਕਰੋੜਾ ਅਗ ਕਰੋੜਾ ਐਬ ਕਰੋੜਾ ਮਾੜੇ ਖਿਆਲ ਕੋਟ ਅਗ ਹਰੇ ਕੀ ਹੋਏਗਾ ਨਿਰਮਲ ਭੈ ਚੀਤਾ ਸਾਡਾ ਚਿੱਤ ਨਿਰਮਲ ਹੋ ਜਾਏਗਾ ਜਿਹੜਾ ਹੈ ਨਹੀਂ ਅੱਜ ਚਿੱਤ ਨਿਰਮਲ ਹੈਗਾ ਅੱਜ ਤੁਸ ਸਾਸ ਜੀ ਚਿੱਤ ਨਿਰਮਲ ਨਹੀਂ ਹੈਗਾ ਕਿਉਂ ਕਿ ਮੈਂ ਸਾਧੂ ਗੁਰੂ ਦਾ ਸੰਗ ਨਹੀਂ ਕੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮਹਿਮਾ ਸੁਣੋ ਸਾਧੂ ਸੰਗਤ ਕਰਨ ਦੀ ਮੈਲ ਖੋਈ ਮੈਲ ਹੋਈ ਮੈਲ ਨਿਕਲ ਗਈ ਗੋਟ ਅਗ ਹਰੇ ਕਰੋੜਾ ਅਗ ਹਰੇ ਖਤਮ ਹੋ ਗਏ ਨਿਰਮਲ ਭੈ ਚੀਤਾ ਨਿਰਮਲ ਭੈ ਚੇਤ ਚੇਤ ਨਿਰਮਲ ਹੋ ਗਿਆ ਜਦੋਂ ਨਰਮਲ ਚੇਤ ਹੋ ਗਿਆ ਫਿਰ ਸਮਝ ਆ ਗਈ ਪਿੰਗਲ ਪਰਬਤ ਪਾਰ ਪਰੇ ਪਿੰਗਲਾ ਵੀ ਪਹਾੜ ਚੜ ਸਕਦਾ ਇਹ ਕਿਹੜਾ ਪਿੰਗਲਾ ਜੀ ਜਿਹਦੀਆਂ ਲੱਤਾਂ ਬਾਹਾਂ ਕੰਮ ਨਹੀਂ ਕਰਦੀਆਂ ਨਹੀਂ ਬਾਣੀ ਉਹਨੂੰ ਪਿੰਗਲਾ ਮੰਨਦੀ ਹੈ ਜਿਹੜਾ ਸੱਚ ਦੇ ਰਸਤੇ ਤੇ ਨਹੀਂ ਤੁਰ ਸਕਦਾ ਆ ਕਈ ਤੁਸੀਂ ਵੇਖਿਆ ਲੱਤ ਬਾਹਾਂ ਨਹੀਂ ਕੰਮ ਕਰਦੀ ਉਹ ਗੁਰਦੁਆਰੇ ਆ ਜਾਂਦੇ ਆ ਕਈਆਂ ਦੀਆਂ ਚੰਗੀਆਂ ਭਲੀਆਂ ਲੱਤਾਂ ਬਾਹਾਂ ਹੁੰਦੀਆਂ ਕਹਿੰਦੇ ਚੱਲ ਕਦਾ ਨਹੀਂ ਕਿੱਥੇ ਜਾਇਆ ਜਣਾ ਲੱਤ ਜੀ ਦੋਸਦੀ ਮੇਰੀ ਚੰਗੇ ਭਲੇ ਬੰਦੇ ਦੀ ਲੱਤ ਦੋਸਦੀ ਆ ਕਈ ਮੋਟਰਸਾਈਕਲ ਤੇ ਆ ਜਾਂਦੇ ਆ ਕਈਆਂ ਦੀਆਂ ਗੱਡੀਆਂ ਤੇਲ ਹੀ ਨਹੀਂ ਪੈਂਦਾ ਇਹਾਂ ਕਰਾਂ ਦੋ-ਦੋ ਗੱਡੀਆਂ ਖਲੋਤੀਆਂ ਹੁੰਦੀਆਂ ਨੇ ਜਿਵੇਂ ਭਾਈ ਫਤੇਜੀਤ ਸਿੰਘ ਬੋਲ ਰਿਹਾ ਸਨ ਨਾ ਵੀ ਮਾਰੇ ਸਾਨੂੰ ਗੱਡੀਆਂ ਦੇਵੀ ਇਹ ਮੈਟਰ ਗੱਡੀਆਂ ਤੋਂ ਵੀ ਅੱਗੇ ਦਾ ਹੈ ਜਿਹਨੂੰ ਜਿਹਦੇ ਅੰਦਰ ਖਿੱਚਾ ਉਹਨੇ ਸਾਈਕਲ ਤੇ ਵੀ ਆ ਜਾਣਾ ਜਿਹਨੂੰ ਖਿੱਚਣਾ ਆਯੋਦੇ ਕਰ ਚਾਰ ਗੱਡੀਆਂ ਖਲੋਤੀਆਂ ਉਹਨਾਂ ਦੇ ਚੱਲੀਏ ਰਹਿਣ ਦਿਓ ਕੋਈ ਨਹੀਂ ਆ ਘਰੇ ਰਹਿਣ ਦੋ ਇਦਾਂ ਠੀਕ ਆ ਕੋਈ ਗੱਲ ਨਹੀਂ ਮੈਂ ਕਿਸਾਨੀ ਅੰਦੋਲਨ ਚ ਵੇਖਿਆ ਕਈ ਐਸੇ ਵੀ ਗਏ ਜਦੀ 1.5 ਮਰਲਾ ਜ਼ਮੀਨ ਹੈ 1 ਕਨਾਲ ਜ਼ਮੀਨ ਹੈ ਕਈ ਐਸੇ ਵੀ ਨਹੀਂ ਗਏ ਜਿਨ੍ਹਾਂ ਦੇ ਘਰ ਚਾਰ-ਚਾਰ ਟਰੈਕਟਰ ਹੁੰਦੇ ਸੀ ਦੱਸ ਦੋ ਜੇ ਗਲਤ ਤਾਂ ਤੇ ਗਲਤ ਹੋਇਆ ਤਾਂ ਟੋਕੇ ਜਰੂਰ ਮੈਨੂੰ ਐਸੇ ਵੀ ਗਏ ਜਿੱਦੀ ਜ਼ਮੀਨ ਕੋਈ ਨਹੀਂ ਤੇ ਐਸੇ ਵੀ ਨਹੀਂ ਗਏ ਜਿਨ੍ਹਾਂ ਘਰਾਂ 'ਚ ਕੰਪੈਨਾਂ ਖਲੋਤੀਆਂ ਸੀ ਉਹ ਹੰਦੂ ਸੀ ਕੋਈ ਨਹੀਂ ਅੱਗ ਲੱਗੂ ਤੇ ਸਾਰਿਆਂ ਨੂੰ ਲੱਗੂ ਵੀ ਅਸੀਂ ਇਕੱਲੇ ਕੋ ਜਾਈਏ ਉਸਤੇ ਪਰ ਇੱਕ ਜੰਗ ਸਾਂਝੀ ਸੀ ਸਾਡੀ ਪਰ ਅਜੇ ਵੀ ਨਿਕਲ ਗਏ ਅਜੇ ਵੀ ਇਕੱਠੇ ਹੋ ਜਾਈਏ ਅਜੇ ਵੀ ਬਹੁਤ ਕੁਝ ਬਦਲਿਆ ਜਾ ਸਕਦਾ ਹੈ ਜੇ ਅਸੀਂ ਇਕੱਠੇ ਹੋਣਾ ਸ਼ੁਰੂ ਹੋ ਜਾਈਏ ਤਾਂ ਕੁਰਗੋਬ ਸਿੰਘ ਮਹਾਰਾਜ ਨੇ ਕੱਟ ਖੰਡੇ ਦੀ ਪਾਲਿਸ਼ ਕਾਉਣ ਦਾ ਅਰਥ ਕੀ ਸੀ ਭਲਾ ਘਰ ਦੇ ਵਿੱਚ ਕੋਈ ਬੰਦਾ ਕਿਰਤੀ ਬੰਦਾ ਕੋਈ ਬੰਦਾ ਆਪਣੇ ਕੰਮੇ ਦੇ ਨਾਲ ਰੋਟੀ ਖਾਣ ਨੂੰ ਤਿਆਰ ਹੋਏਗਾ ਕਦੀ 100 ਵਾਰ ਸੋਚੇਗਾ ਬੰਦਾ 100 ਵਾਰ ਪਰ ਖੰਡੇ ਦੀ ਪਾਲਿਸ਼ ਕਾਉਣ ਲੱਗਿਆ ਉਸੇ ਬਾਟੇ ਚੋਂ 100 ਕਿਲ ਦਾ ਮਾਲਕ ਵੀ ਪੀਰਿਆ ਆਉ ਤੀਜੇ ਥਾਂ ਤੇ ਜਾ ਕੇ ਉਸੇ ਜਗ੍ਹਾ ਤੋਂ ਮੂੰਹ ਲਾ ਕੇ ਉਹਦੇ ਖੇਤਾਂ 'ਚ ਕੰਮ ਕਰਨ ਵਾਲਾ ਵੀ ਪੀਰਿਆ ਸਾਨੂੰ ਇਕੱਠਿਆਂ ਕੀਤਾ ਮੈਂ ਇੱਕ ਨੁਕਤਾ ਤੁਹਾਡਾ ਸਾਂਝਾ ਕਰਨ ਦਾ ਸੋਚ ਧਿਆਨ ਨਾਲ ਸੁਣਿਓ ਆਮ ਸਾਡੇ ਘਰਾਂ ਵਿੱਚ ਨਾ ਕਈਆਂ ਘਰਾਂ ਦੀ ਮੈਂ ਗੱਲ ਕਰ ਲੱਗਾ ਆਪਣੇ ਖੇਤਾਂ 'ਚ ਕੰਮ ਕਰ ਲਈ ਆਪਾਂ ਹੁੰਦੇ ਆ ਮਜ਼ਦੂਰ ਆਪਰੇ ਅੱਖੇ ਹੁੰਦੇ ਨੇ ਪੱਠੇ ਕਈਆਂ ਘਰਾਂ 'ਚ 20 20 30 30 ਸਾਲ ਤੋਂ ਕੰਮੇ ਨਾਲ ਆ ਕਿਸਾਨ ਦੇ ਤੇ ਉਹਨਾਂ ਦੇ ਘਰਾਂ ਦਾ ਅਸੂਲ ਵਾ ਜੋ ਘਰ 'ਚ ਬਣੇਗਾ ਕੰਮੇ ਨੂੰ ਪਹਿਲਾਂ ਦਿੱਤਾ ਜਾਏਗਾ ਜੇ ਖੀਰ ਬਣੀ ਆ ਤਾਂ ਪਹਿਲਾਂ ਦੇਣੀ ਆ ਜੇ ਸ਼ਾਮ ਨੂੰ ਦੁੱਧ ਪੀਣਾ ਤੇ ਗਲਾਸ ਭਰ ਕੇ ਦੁੱਧ ਵੀ ਉਹਨੂੰ ਦੇਣਾ ਜੇ ਫਰੂਟ ਲਿਆਂਦਾ ਬਾਜ਼ਾਰੋਂ ਤੇ ਫਰੂਟ ਵੀ ਉੱਚੀ ਬੋਲੋ ਉਹਨੂੰ ਪਹਿਲਾਂ ਦੇਣਾ ਜਾਨਕਿ ਜੋ ਜੇਲਸੀ ਬਣੀ ਆ ਜੇ ਖੁਆ ਬਣਿਆ ਕਹਿਣਾ ਸਿਰੇ ਚਾਹ ਦੇ ਨਾਲ ਉਹਨੂੰ ਜੋ ਤੁਸੀਂ ਖਾਂਦੇ ਹੋ ਸਿਰੇ ਨੂੰ ਨਾਲ ਦੇਓ ਸਵਾਦ ਆਉਂਦਾ ਕੰਮ ਕਰਦਾ ਉਹਨੂੰ ਵੀ ਵੀ ਉਹ ਇਦਾਂ ਫੇ ਜਨ 30 ਸਾਲਾਂ ਬਾਅਦ ਵੀ ਕਿਤੇ ਹਟਦਾ ਨਾ ਉਹ ਇਦਾਂ ਤਾਰੀਫ ਕਰਦਾ ਲੱਖ ਲੋਕਾਂ ਕੋ ਜਮੀਨਾ ਹੋਣਗੀਆਂ ਪਰ ਐ ਸਰਦਾਰ ਦੇ ਪਰਿਵਾਰ ਵਰਗਾ ਕਿਸੇ ਕੋਲ ਪਰਿਵਾਰ ਨਹੀਂ ਇਹਨਾਂ ਦੀਆਂ ਧੀਆਂ ਵਰਗੀਆਂ ਇਹਨਾਂ ਦੀਆਂ ਭੈਣਾਂ ਵਰਗੀਆਂ ਇਹਨਾਂ ਮਾਵਾਂ ਨੇ ਕਦੀ ਵਿਤਕਰਾਂ ਨਹੀਂ ਕੀਤਾ ਮੈਨੂੰ ਥੋੜੇ ਝੋ ਥੋੜਾ ਵੀ ਜੋ ਘਰ ਤੋਂ ਹੁੰਦਾ ਸੀ ਖਾਣਾ ਇੱਕ ਕਰਦਾਰ ਇਹ ਹੈ ਤੇ ਦੂਜਾ ਕਰਦਾਰ ਇਹ ਹੈ ਜੇ ਫਰੂਟ ਲਿਆਂਦਾ ਤੇ ਅੰਦਰ ਵੜ ਕੇ ਖਾ ਲੈਣਾ ਵੇਹਦਾ ਕੰਮਾਂ ਵੀ ਹੁੰਦਾ ਵੀ ਛਿੱਲਾਂ ਕੇਲਿਆਂ ਦੀਆਂ ਵੇਖ ਕੇ ਸੰਤਰੀਆਂ ਦੇ ਛਿਲਕੇ ਵੇਖ ਕੇ ਅੱਗੇ ਹੁਣ ਤੁਸੀਂ ਬੋਲੀ ਜਾਓ ਵੇਖ ਵੇਖ ਕੇ ਹਿਸਾਬ ਉਹ ਲਾਉਂਦਾ ਅੱਛਾ ਪਨੀਰ ਸਬ지 ਪਨੀਰ ਮਿਕਸ ਸਬਜੀ ਬਣੀ ਉਹ ਵੀ ਵੇਹਦਾ ਤੜਕੇ ਲੱਗੇ ਉਹਨੂੰ ਇਦਾਂ ਕਹਿਣਗੇ ਕਿ ਦਾਲ ਨਾ ਖਵਾ ਦਿਓ ਉਹਨੂੰ ਅੱਲੀ ਅੰਦੀ ਲੰਗਰੋਂ ਉਹਦੇ ਨਾਲ ਦੇ ਦੋ ਕਿਹੜਾ ਫਰਕ ਪੈਣਾ ਖਾ ਤਾਂ ਲਿੰਦਾ ਉਹ ਦਾਲ ਉਦਾਂ ਹੀ ਪਰ ਜਦੋਂ ਇਦਾਂ ਦੇ ਮੇਰੇ ਪੱਥਰੀ ਬਣੀ ਆਂਦਾ ਤੇਰੇ ਜੇ ਪੱਥਰੀ ਨਹੀਂ ਤੇਰੇ ਦੇ ਅੰਦਰੋਂ ਪੱਥਰ ਨਿਕਲਣਾ ਜਿਹੜੇ ਤੁਹਾਡੇ ਲੱਛਣ ਆ ਨਾ ਟਬਰਦੇ ਵੀ ਜਿਹੜੇ ਤੁਹਾਡੇ ਲੱਛਣ ਆ ਅੰਦਰ ਅਛਾ ਬਾਬਿਆ ਮਰ ਕਾਜੂ ਬਦਾਮ ਚੱਕੀ ਫਿਰਦੇ ਆ ਉਹ ਬੋਲੋ ਭਾਈ ਕਰਦੇ ਕਿ ਨਹੀਂ ਕਰਦੇ ਉਹ 100 ਕਿਲੇ ਦਾ ਮਾਲ ਘਰ ਚ ਬਾਬਾ ਆ ਜੇ ਨਾ ਉਹ ਖੁਰਲੀ ਤੇ ਬੈਠਾ ਇਦਾਂ ਵੇਂਦਾ اندا ویکھ کے ਦੇ ਖੇਖਣ ਕਰਨ ਦੇ ਸਾਰਾ ਟੱਬਰ ਬਾਬਾ ਜੀ ਆ ਗਰਮ ਖਾਓ ਨਾ ਬਾਬਾ ਜੀ ਗਿਜਰੀਲਾ ਖਾਓ ਨਾ ਬਾਬਾ ਜੀ ਪਿਸਤਾ ਖਾਓ ਨਾ ਉਧਰ ਮੌਤ ਪੈਂਦੀ ਆ ਜਿਹਦੇ ਹੱਥ ਘਸ ਕੇ ਤੁਹਾਨੂੰ 50 ਕਿੱਲਿਆਂ ਤੋਂ 50 ਕਿੱਲਿਆਂ ਦਾ ਮਾਲਕ ਬਣਾਤਾ ਉਹਨੂੰ ਰੋਟੀ ਖਾਣ ਲਗਾ ਮੌਤ ਪੈਂਦੀ ਆ ਪਹਿਲਾਂ ਕਿਰਤੀ ਨੂੰ ਖਵਾਓ ਜੇਦੀ ਬਦੌਲਤ ਤੁਹਾਡੀਆਂ ਮੱਜਾਂ ਨੇ ਦੁੱਧ ਦਿੱਤਾ ਤੇ ਤੁਹਾਡੇ ਜਵਾਕ ਅੱਜ 20 25 25 ਸਾਲ ਦੇ ਹੋਏ ਨੇ ਉਹਨੂੰ ਖਵਾਓ ਪਹਿਲਾਂ ਉਹਦੀ ਅੰਦਰ ਨੂੰ ਠੰਡ ਪਵੇ ਪਰ ਮੈਂ ਗੱਲ ਪਹਿਲਾਂ ਕਹਤੀ ਵੀ ਸਾਰੇ ਇੱਕੋ ਜਿਹੇ ਕਈ ਐਸੇ ਆ ਪਹਿਲਾਂ ਅੱਛਾ ਕਈਆਂ ਨੇ ਕਹਿਣਾ ਜੀ ਕੀਰਤੀ ਛੱਡੋ ਕਈ ਬਜ਼ੁਰਗਾਂ ਨੂੰ ਨਹੀਂ ਖਵਾਉਂਦੇ ਫਰੂਟ ਲਿਆਓਗੇ ਅੰਦਰ ਵੜ ਕੇ ਦੂਜਾ ਕੋਈ ਕਹੂਗਾ ਨਾ ਪਾਪਾ ਜੀ ਨੂੰ ਅੰਗੂਰ ਖਵਾ ਦਿਓ ਉਹਦਾ ਘੜਾਡ ਵਦਨਾ ਬੋਲੋ ਭਾਈ ਉਹਦਾ ਘੜਾਡ ਵਦਨਾ ਖਾ ਲੋ ਚੁੱਪ ਕਰਕੇ ਨਿਆਣਿਆਂ ਨੂੰ ਖਵਾਓ ਵੀ ਜਾਨ ਨਿਆਣਿਆਂ ਨੂੰ ਖਵਾਓ ਇਹਨਾਂ ਨੂੰ ਖਾਓ ਕੀ ਵੀ ਫਰੂਟ ਐਦਾਂ ਬਦਾਮ ਭੇਂ ਭੇਂ ਕੇ ਖਵਾਓ ਐਦਾਂ ਬਾਪੂ ਨੂੰ ਸਮਝ ਆ ਜਾਂਦੀ ਏ ਬੀੜੇ ਲੱਛਣਾ ਨਾ ਸਾਡੇ ਟੰਬਰ ਦੇ ਏਡੇ ਚੰਗੇ ਕੋਈ ਨਹੀਂ ਹੈਗੇ ਗੁਰਦੁਆਰੇ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬ ਇਹੋ ਜਿਹੇ ਬੰਦੇ ਨੇ ਫੇਜ ਨੂੰ ਗੁਰਦੁਆਰੇ ਉਹਨਾਂ ਕੱਲੀ ਕੱਲੀ ਪੌੜੀ ਤੇ ਹੱਥ ਰੱਖ ਕੇ ਪੱਥਰ ਕਸਾਏ ਇਹੋ ਜਿਹੇ ਲੋਕਾਂ ਨੇ ਇਹੋ ਜਿਹੇ ਲੋਕਾਂ ਨੇ 베ਰੀਆਂ ਥੰਦੀਆਂ ਕਰ ਦਿਤੀਆਂ ਗੁਰਦੁਆਰੇ ਮੱਥੇ ਟਿਕ ਟਿਕ ਕੇ ਇਹੋ ਜੇ ਲੋਕਾਂ ਨੇ ਪੱਥਰ ਮਾਰਪਲ ਇਦਾਂ ਹੱਥ ਲਾ ਲਾ ਕੇ ਇਦਾਂ ਕਰੋੜ ਕਰੋੜ ਕੇ ਗ੍ਰੰਥ ਪਹਿਲਾਂ ਸਾਹਮਣੇ ਆਣ ਕੇ ਜ਼ੋਰ ਨਾਲ ਕਹਿਣਾ ਦੀਵਾਨ ਸੱਜੇ ਸਤਨਾਮ ਸੇ ਮੂੰਹ ਚ ਕਹਿਲਾ ਸਤਨਾਮ ਉਹ ਸਾਰਿਆਂ ਨੂੰ ਕਹਿਣਾ ਹੁੰਦਾ ਫਿਰ ਗਰੰਤੀ ਸਿੰਘ ਤਾਬਿਆ ਬੈਠਾ ਹੋਊਗਾ ਉੱਥੇ ਵੀ ਜ਼ੋਰ ਨਾਲ ਆਣ ਕੇ ਸਤਨਾਮ ਕਹਿਣਾ ਉਹਦੇ ਤਾਬਿਆ ਬਿਠੇ ਚੌਰ ਕਰਨਾ ਆਣ ਕੇ ਉਹਦੇ ਅੱਖਾਂ ਚ ਭਾਵੇਂ ਚੌਰ ਵਾਜੇ ਉਹ ਵੀ ਕਹਿੰਦਾ ਜੇ ਪਰਸੋਂ ਦਾ ਮੈਂ ਕਰ ਰਿਆਂ ਹੁਣ ਨਹੀਂ ਮੈਨੂੰ ਚੌਰ ਹੁੰਦਾ ਹੁਣ ਕੁੜਮ ਆਗੇ ਤੇ ਤੈਨੂੰ ਚੌਰ ਦੀ ਸੁੱਝ ਗਈ ਆ ਆ ਸਾਡੇ ਲੱਛਣ ਸਹੀ ਨਹੀਂ ਅਸੀਂ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦੇ ਜਦੋਂ ਅਸੀਂ ਸਰ ਰਹਿਤ ਅਵਰ ਕਸ਼ ਅਮਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਏਦਾਂ ਮੁਖੋਂ ਮੁਖੋਂ ਕਹੀ ਜਾਂਦਾ ਪਪਾਜੀ ਵੀਵੀ ਜੀ ਏਦਾਂ ਅੰਦਰ ਪਿਆਰ ਨਹੀਂ ਪਹਿਲਾਂ ਤੇ ਆ ਕਈ ਦੁਕਾਨਾਂ ਵਾਲੇ ਵੇਖੇ ਮੈਂ ਉਹ ਕਹਿੰਦੇ ਸਰਦਾਰ ਸਾਹਿਬ ਸਾਡਾ ਜਿਹੜਾ ਮਾਲਕ ਹੈ ਨਾ ਸਟੋਰ ਦਾ ਦੁਕਾਨ ਦਾ ਸਾਡੇ ਨਾਲ ਬਹਿ ਕੇ ਰੋਟੀ ਖਾਂਦਾ ਉਹ ਨੂੰ ਸਾਡੇ ਨਾਲ ਬਹਿ ਕੇ ਰੋਟੀ ਖਾਣੀ ਉਹ ਫਿਰ ਇਹੋ ਜੇ ਥਾਵਾਂ ਤੇ ਨਾ ਕੋਈ ਚੋਰੀ ਵੀ ਨਹੀਂ ਕਰਦਾ ਉਹ ਕਹਿੰਦਾ ਸਾਡੇ ਮਾਲਕ ਨੇ ਕਦੀ ਮਾਲਕ ਬਣ ਕੇ ਵਿਖਾਇਆ ਹੀ ਨਹੀਂ ਤਿਆ ਜਿਹੜੇ ਬੰਦੇ ਇਦਾਂ ਵਿਕਰੇ ਕਰਦੇ ਆ ਨਾ ਉਹ ਕੈਮਰੇ ਭਾਵੇਂ 10 ਤੋਂ 20 ਲਾ ਲੈਣ ਚੋਰੀ ਨਹੀਂ ਰੁਕ ਸਕਦੀ ਨਹੀਂ ਰੁਕਣੀ ਚੋਰੀ ਜਿੱਥੇ ਮਰਜ਼ੀ ਲਾ ਲੈ ਭਾਵੇਂ ਗੱਲੇ ਤੇ ਲਾ ਲੈ ਜਿੱਥੇ ਮਰਜ਼ੀ ਲਾ ਲੈ ਕਿਉਂਕਿ ਜਦੋਂ ਸਾਡਾ ਕਰਦਾਰ ਸਹੀ ਨਹੀਂ ਕੈਰੈਕਟਰ ਸਹੀ ਨਹੀਂ ਅਸੀਂ ਜਿੱਥੇ ਜਿਹਨੂੰ ਰੋਟੀ ਖਵਾਉਣੀ ਸੀ ਜਿਹਨੂੰ ਪਾਣੀ ਪਿਉਣਾ ਸੀ ਉੱਥੇ ਤੇ ਪੁੱਛਿਆ ਨਹੀਂ ਤੁਹਾਡੀ ਗਲੀ ਸਬਜ਼ੀ ਵੇਚਣ ਵਾਲਾ ਆਉਂਦਾ ਭਾਵੇਂ ਪੈਸੇ ਦੇ ਕੇ ਸਬਜ਼ੀ ਲੈਣੀ ਹੈ ਕਦੀ ਪੁੱਛ ਲੋ ਵੀਰਾ ਤੇ ਆ ਤੇ ਲੱਗੀ ਆ ਲਿਆ ਪਾਣੀ ਪੀ ਉੱਥੇ ਰਸੇ ਬੰਨ ਬੰਨ ਕੇ ਜਿਹੜੇ ਪਹਿਲਾਂ ਰੋਟੀਆਂ ਨਾਲ ਰੱਜੇ ਉਹਨਾਂ ਨੂੰ ਫੇਰ ਜਾਈ ਜਾਂਦੇ ਆ ਕਿਤੇ ਜਾਣ ਲੱਗਿਆ ਸੀਸ ਦੇ ਜੂ ਕਿਤਾ ਸਬਜੀ ਮੈਂ ਮੈਂ ਮੇਰੀ ਸੋਚ ਉਲਟੀ ਮੈਂ ਕਹਣਾ ਭਾਵੇਂ ਤੁਸੀਂ ਪੈਸੇ ਦੇ ਕੇ ਸਬਜੀ ਲੈਣੀ ਆ ਪਰ ਕਿਦੀ ਪੁੱਛ ਲੋ ਵਿਰਸੇ ਵਰਦੀ ਸਬਜੀ ਵੇਚਣ ਡਿਆ ਵੇ ਪੁੱਤ ਤੂੰ ਵੀ ਮੇਰੇ ਪੁੱਤਾਂ ਵਰਗਿਆ ਪਾਣੀ ਪੀਣਾ ਚਾਹ ਪੀਣੀ ਲੈ ਤਰ ਮੈਂ ਚਾਹ ਪਿਆਵਾ ਵੇਲਿਆਂ ਦੇ ਮਗਰ ਚੁੱਕੀ ਗੁਰੂ ਨਾਨਕ ਸਾਹਿਬ ਦੀ ਫਲਸਫੀ ਜੇ ਗੁਰੂ ਨਾਨਕ ਸਾਹਿਬ ਜੀ ਦੇ ਕਰਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਨੇ ਔਰੰਗਜ਼ੇਬ ਦੇ ਕੋਲ ਤੇ ਫੌਜਾਂ ਨੇ ਭੀਮ ਚੰਦ ਫਤੇਸ਼ਾ ਹਣੋ ਕੋਲ ਤੇ ਫੌਜਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਤੇ ਕੀਰਤੀ ਬੰਦੇ ਨੇ ਮਹੰਤ ਲੋਗ ਨੇ ਖੁਰਪੇ ਫੇਰਨ ਵਾਲੇ ਨੇ ਪਰ ਪਾਸ਼ਾ ਜੀ ਨੇ ਮੱਥੇ ਚੁੰਮੇ ਉਹਨਾਂ ਦੇ ਬੰਦਾ ਬਾਪੂ ਜੇ ਇੰਨੇ ਪਿਆਰ ਨਾਲ ਤੁਸੀਂ ਕਦੀ ਨੋਟ ਕਰਿਓ ਖੇਤਾਂ 'ਚ ਕੰਮ ਕਰਨ ਵਾਲੇ ਕਿਸਾਨ ਨਾਲ ਜਦੋਂ ਦਾ ਟੱਬਰ ਐਨ ਉਹਦੇ ਨਾਲ ਵਿਦਗਰਾਂ ਨਾ ਕਰਦਾ ਜਦੋਂ ਕਿਤੇ ਕਿਸਾਨ ਦੇ ਕੋਲ ਗਲ ਪਵੇ ਨਾ ਉਹ ਕਿਸਾਨ ਨੂੰ ਕਿਤਾ ਪਿੱਛੇ ਹੋ ਜਾ ਬਾਬੂ ਹਿੰਮਤ ਕਿਦਾਂ ਪਈ ਤੁਸੀਂ ਸਾਡੇ ਸਰਦਾਰ ਦੇ ਗਲ ਪੈ ਜੇ ਨੂੰ ਉਹ ਘਰ ਵਿਤਕਰਾ ਕਰਦੇ ਨਾ ਜੇ ਕਿਤੇ ਪਿੰਡ 'ਚ ਵੱਟ ਤੋਂ ਕੋਈ ਗੱਲ ਲੜ ਪਵੇ ਨਾ ਉਹ ਪਸ਼ਾ ਜਾਂਦਾ ਕਹਦਾ ਭੰਨੋ ਮੋਰਾਂ ਪਨੀਰ ਵੀ ਅੰਦਰ ਵੜਵੜ ਇਹਨੇ ਖਾਦਾ। ਚਲੋਂ ਤਾਂ ਨਹੀਂ ਮੜ ਕੇ ਗਾਂ ਹੋ ਗਿਓ ਫੇਰ ਘਰਾਂ ਨੇ ਕਿ ਬੀਬੀਆਂ ਕਹਿਣਗੇ ਤੂੰ ਗਾਂ ਕਿਉਂ ਨਾ ਆਇਆ? ਕਹਿੰਦਾ ਪਨੀਰ ਤੇ ਅੰਦਰ ਵੜਵੜ ਖਾਂਦੇ ਰਹਿ ਤੁਸੀਂ ਉਦੋਂ ਆ ਦੇ ਨੂੰ ਫੁੱਕੀ ਦਾਲ ਦੇ ਲੋ ਸੁਣ ਲਿਆ ਮੈਂ ਵੀ ਤੁਹਾਡੀਆਂ ਗੱਲਾਂ। ਇਹਨੇ ਕਿ ਮੇਰੇ ਵੀ ਕੰਮ ਹੈਗੇ ਆ। ਇਸ ਕਰਕੇ ਜੇ ਸਤੀ ਪ੍ਰਕਾਸ਼ ਜੀਸ ਬਣਾ ਰਹੇ ਹੋ ਘਰਾਂ 'ਚ ਕੰਮ ਕਰਨ ਵਾਲੀਆਂ ਵੀ ਆਉਣ। ਆਪਣੇ ਘਰ ਜਿਹੜੀ ਚੀਜ਼ ਖਾਂਦੇ ਹੋ ਕੋਈ ਭੋਜਨ ਪ੍ਰਸ਼ਾਦਾ ਬਣਦਾ ਜਿੱਥੇ 15 ਦਿਨ ਖੋਆ ਖਾਣਾ 10 ਦਿਨ ਖਾ ਲਿਓ ਉਹ ਬੋਲੋ ਭਾਈ ਸਹਿਮਤ ਜੇ ਭੈਣੋ ਕਈ ਸੋਚੀਆਂ ਪੈ ਗਈਆਂ ਵੀ ਹਾਂ ਅਸੀਂ ਵਾਕਿਆ ਗੱਲ ਤੇ ਹੈ ਇਦਾਂ ਹੀ ਆ ਆਪਣੇ ਘਰਾਂ ਦੇ ਮਾਹੌਲ ਬਦਲ ਦਿਓ ਆਪਣੇ ਆਪ ਸੁਖ ਆਰਾਮ ਫੇ ਤੁਹਾਡੇ ਬੱਚੇ ਨੂੰ ਪਾਣੀ ਪਿਆ ਵੀ ਕਿਓਰਗਾ ਲੱਗੂ ਜੇ ਵਿਤਕਰੇ ਕਰਨ ਨੇ ਕਿਉਂ ਵੀ ਪਾਣੀ ਬਣ ਜਾਂਦਾ ਪੱਕੀ ਗੱਲ ਹੈ ਵਿਤਕਰੇ ਨੀਅਤ ਸਾਫ ਨੀਅਤ ਬੜੀ ਵੱਡੀ ਚੀਜ਼ ਹੈ ਬੰਦਾ ਨੀਅਤ ਸਾਫ ਰੱਖੇ ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਸੋਨਾ ਬਣਾ ਦਿੰਦਾ ਅੰਦਰ ਖੋਟ ਹੋਵੇ ਤੇ ਸੋਨੇ ਨੂੰ ਵੀ ਬੰਦਾ ਲੋਹਾ ਬਣਾ ਦਿੰਦਾ ਇਹ ਜਿਸ ਗੁਰੂ ਦੇ ਪੁੱਤਰ ਆਪਾਂ ਗੁਰੂ ਨੇ ਆਖਿਆ ਸੱਚੀ ਗੱਲ ਹੈ ਜਿਹੜਾ ਬੰਦੇ ਕਿਰਤ ਕਰਦੇ ਆ ਆਪਣੇ ਕਈ ਮਿਹਨਤ ਕਾਸ਼ ਬੰਦੇ ਮੈਂ ਵਿਦੇਸ਼ਾਂ ਜਾ ਆਪਣੇ ਐਸੇ ਭਰਾ ਵੇਖੇ ਜਿਹੜੇ ਸਹਿਸ ਮਾਏ ਗਏ ਉਹ ਅਮੀਰ ਬਣ ਨਹੀਂ ਸੀ ਗਏ ਇੱਦਾਂ ਗੋਰੇ ਨੇ ਦਾ ਕਰਦਾਰ ਵੇਖਿਆ ਗੋਰੇ ਨੇ ਆਖਿਆ ਓਏ ਟਰੈਕਟਰ ਚਲਾਉਂਦਾ ਤੂੰ ਇੱਧਰ ਆ ਅੱਜ 4-400 ਏਕੜ ਜ਼ਮੀਨ ਦੇ ਮਾਲਕ ਬਣੇ ਵਿਦੇਸ਼ਾਂ ਚ ਐਸੇ-ਐਸੇ ਮੈਨੂੰ ਟਰੱਕ ਡਰਾਈਵਰ ਮਿਲੇ ਕਹਿੰਦਾ ਵੀਰ ਜੀ ਮੈਂ ਪੰਜਾਬ ਕਹਿੰਦਾ ਜਦੋਂ ਗੰਨਾ ਸੁੱੜਦਾ ਹੁੰਦਾ ਸੀ ਤੇ ਕਹਿੰਦਾ ਮੈਂ ਆਪਣੇ ਦੋਸਤ ਨਾਲ ਸਕੂਲ ਚਲਾ ਗਿਆ ਪਹਿਲਾ ਦਿਨ ਸੀ ਕਹਿੰਦਾ ਉਹਨੇ ਟਰਾਲਾ ਬੈੱਕ ਕਰਕੇ ਲਾਉਣਾ ਸੀ ਕਹਿੰਦਾ ਮੈਂ ਕਿਹਾ ਮੈਂ ਲਾ ਕੇ ਵੇਖਾਂਗਾ ਕਹਿੰਦਾ ਲਾ ਉੱਥੇ ਹੁਣ ਸਾਈਡ ਕਲਾਸ ਵਿੱਚੋਂ ਵੇਖ ਕੇ ਟਰਾਲਾ ਉਹਨੇ ਬੈੱਕ ਕਰਕੇ ਲਾਉਣਾ ਸੀ ਉਹ ਲਾਇਆ ਤੇ ਗੋਰਾ ਉਹਨੂੰ ਉਹਦੇ ਨਾਲ ਦੇ ਨੂੰ ਕਹਿੰਦਾ ਇਸ ਮਿਸਟਰ ਸਿੰਘ ਦੇ ਕਹਿੰਦਾ ਟਰੱਕ ਕਿੰਨੇ ਨੇ ਕਹਿੰਦਾ ਜੀ ਇਹ ਪੰਜਾਬੂ ਵਜੇ ਪਰਸੋਂ ਆਇਆ ਕਹਿੰਦਾ ਹੈ ਕਹਿੰਦਾ ਜੇ ਸਾਹ ਨੇ ਟਰਾਲਾ ਲਾਇਆ ਇਹ ਤੂੰ ਝੂਠ ਬੋਲਦਾ ਇਹਦੇ ਟਰਾਲੇ ਬਹੁਤ ਜ਼ਿਆਦਾ ਨੇ ਕਹਿੰਦਾ ਨਹੀਂ ਜੀ ਇਹ ਪਰਸੋਂ ਆਇਆ ਕਹਿੰਦਾ ਫਿਰ ਕਿਦਾਂ ਲਾਇਆ ਕਹਿੰਦਾ ਪੰਜਾਬ ਵਿੱਚ ਇਹ ਜਦੋਂ ਗੰਨਾ ਲੈ ਕੇ ਜਾਂਦੇ ਆ ਨਾ ਮਿਲ ਚ ਕਹਿੰਦਾ ਉੱਥੇ ਟਰਾਲੇ ਲਾਉਣ ਦੇ ਇਹਨਾਂ ਨੂੰ ਤਜਰਬੇ ਹੋ ਗਏ ਆ ਹੁਣ ਗਿਆ ਨਹੀਂ ਸਾਫਨਾ ਸੀ ਅੱਜ ਅਗਲਾ ਟਰਾਲਿਆਂ ਦਾ ਮਾਲਕ ਆ ਗਿਆ ਨਹੀਂ ਸੀ ਟਰਾਂਸਪੋਰਟਰ ਬਣਨਾ ਪਰ ਇਮਾਨਦਾਰੀ ਨੇ ਟਰਾਂਸਪੋਰਟਰ ਬਣਾਤਾ ਕਈ ਇਥੇ ਤਰਲੇ ਲੈ ਲੈ ਕੇ ਮਰ ਜਾਂਦੇ ਆ ਇੱਕ ਤੋਂ ਦੋ ਨਹੀਂ ਹੋ ਪਾਉਂਦੇ ਕਿਉਂ ਕਿ ਨੀਅਤ ਸਾਫ਼ ਨਹੀਂ ਗਵਾਂਡੀਆਂ ਦੇ ਕਾਰੋਬਾਰ ਵੇਖ ਵੇਖ ਕੇ ਸੜੀ ਜਾਂਦੇ ਹਾਏ ਉਹ ਅੱਗੇ ਲੰਘ ਗਿਆ ਹਾਏ ਅਸੀਂ ਪਿਛੇ ਰਹਿ ਗਏ ਹਾਏ ਸਾਡਾ ਟਰੈਕਟਰ ਵੇਖ ਗਿਆ ਜ਼ਿੰਦਗੀ 'ਚ ਇਮਾਨਦਾਰੀ ਰੱਖੋ ਗੁਰੂ ਤੋਂ ਸਿੱਖ ਲਓ ਗੁਰੂ ਨੇ ਆਖਿਆ ਉਹ ਇਹਨਾਂ ਦੇ ਜਿਉਂਦੇ ਰਹਿਣ ਮੇਰੇ ਭਾਵੇਂ ਚਾਰੇ ਕੁਰਬਾਨ ਹੋ ਜਾਣ ਇਥੇ ਦਿਨ ਗੁਰੂ ਗੋਬਿੰਦ ਸਿੰਘ ਦੇ ਮਨਾ ਰਹੇ ਆ ਮੈਂ ਕਹਿੰਦਾ ਮੇਰਾ ਜਿੰਦਾ ਰਵੇ ਮੇਰੇ ਭਰਾ ਦਾ ਭਾਵੇਂ ਖਤਮ ਹੋ ਜਾਏ ਮੇਰੀ ਦਰਾਨੀ ਦਾ ਮਰ ਜਾਏ ਮੇਰੀ ਜਛਾਨੀ ਦਾ ਚਲਾ ਜਾਏ ਮੇਰਾ ਜੁੰਦਾ ਰਵੇ ਇਹ ਜਮੀਨ ਮੰਡਣ ਵਾਲਾ ਆ ਗਿਆ ਉਹ ਗੁਰੂ ਨੇ ਚਾਰ ਵਾਰੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪ੍ਰੂਤ ਇੱਕ ਨੁਕਤਾ ਸਿੱਖੇ ਲੈ ਜਾਓ ਉਹਨੇ ਕਿਹਾ ਸਾਡੇ ਜੁੰਦੇ ਰਹਿ ਜਾਣ ਉਹਨੇ ਸਾਡੇ ਤੋਂ ਚਾਰ ਕੁਰਬਾਨ ਕਰ ਦਿੱਤੇ ਅਸੀਂ ਆਪਣੇਆਂ ਨੂੰ ਜੁੰਦੇ ਰੱਖਣ ਵਾਸਤੇ ਪਤਾ ਨਹੀਂ ਕਿੰਨਿਆਂ ਦੇ ਘਰ ਤਬਾਹ ਕਰ ਰਹੇ ਹਾਂ ਅੱਜ ਤੋਂ ਨੁਕਤਾ ਸਿੱਖ ਲਓ ਆਪਣੀ ਜ਼ਿੰਦਗੀ ਚ ਘਰ ਸਵਰਗ ਬਣ ਜਾਣਗੇ ਘਰ ਬੈਕੁੰਠ ਬਣ ਜਾਣਗੇ ਪਿੰਗਲ ਪਹਾੜ ਪਿੰਗਲੇ ਇੱਥੋਂ ਆ ਸੀ ਮਾੜਿਆ ਕੰਮਾਂ ਨੂੰ ਪਿੰਗਲੇ ਨਹੀਂ ਮਾੜਿਆ ਕਮਾਂ ਨੂੰ ਤੇ ਬੰਦੇ ਜਾਂ ਲੱਤਾਂ 'ਚ ਇੰਨੀ ਜਾਨ ਐ ਤੁਸੀਂ ਵੇਖੋ ਕਿਤੇ ਡਾਂਸ ਕਰਦੇ ਆ ਬੰਦਿਆਂ ਨੂੰ ਪਿੰਗਲ ਪਰਬਤ ਪਾਰ ਪਰੇ ਪਿੰਗਲਾ ਵੀ ਜਿਹੜਾ ਮਾਨਸਿਕ ਤੌਰ ਤੇ ਪਿੰਗਲਾ ਹੋ ਚੁੱਕਿਆ ਸੀ ਉਹ ਪਹਾੜ ਚੜ ਸਕਦਾ ਹੈ ਵੱਡੀ ਤੋਂ ਵੱਡੀ ਮੁਸੀਬਤ ਨੂੰ ਟਕਰਾ ਸਕਦਾ ਖਾਲ ਚਤੁਰਬਕੀਤਾ ਖਾਲ ਕਹਿੰਦੇ ਮੂਰਖ ਨੂੰ ਮੂਰਖ ਵੀ ਚੰਦਾ ਵਕਤਾ ਬਣ ਸਕਦਾ ਜਿਹਦੇ ਕੋਲ ਜਿਹਨੂੰ ਅੰਦਰ ਕੋਈ ਅਕਲ ਨਹੀਂ ਇਹ ਨਾ ਕਦੀ ਕਹੋ ਜੇ ਨੂੰ ਕੁਝ ਨਹੀਂ ਆਉਂਦਾ ਪਤਾ ਨਹੀਂ ਕੱਲ ਨੂੰ ਉਹਨੇ ਕੀ ਕਰ ਦੇਣਾ ਪਤਾ ਨਹੀਂ ਖਲ ਚਤੁਰਬ ਕੀਤਾ ਮੂਰਖ ਜਨ ਲੋਕ ਆਂਦੇ ਸੀ ਗੁਰੂ ਦੀ ਸਿੱਖਿਆ ਨਾਲ ਉਹ ਵੀ ਚੰਗਾ ਵਕਤਾ ਬਣ ਗਿਆ ਅੰਦਲੇ ਤੇਰੇ ਭਵਨ ਸੂਝਿਆ ਜਿਹੜਾ ਅੰਨਾ ਸੀ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੇ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੇ ਅੰਦਲੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ ਗੁਰੂ ਨੂੰ ਮਿਲਣ ਕਰਕੇ ਅਜੋ ਪਵਿੱਤਰ ਹੋ ਗਿਆ ਸਾਫ਼ ਹਿਰਦੇ ਵਾਲਾ ਹੋ ਗਿਆ ਸਾਫ਼ ਜੀਵਨ ਵਾਲਾ ਹੋ ਗਿਆ ਐਸੀ ਭਗਤ ਗੋਬਿੰਦ ਕੀ ਗੋਬਿੰਦ ਦੀ ਭਗਤੀ ਦਾ ਆ ਫਲ ਮਿਲਿਆ ਆ ਰਿਜ਼ਲਟ ਨਿਕਲਿਆ ਕਿਉਂਕਿ ਮਹਿਮਾ ਸਾਧੂ ਸੰਗ ਕੀ ਸੀ ਨਾ ਅਸ਼ਾ ਉੱਤੇ ਮਹਿਮਾ ਸਾਧੂ ਸੰਗ ਕੀ ਆਖਿਆ ਥੱਲੇ ਕਹਤਾ ਐਸੀ ਭਗਤ ਗੋਬਿੰਦ ਕੀ ਜਾਨੀ ਕਿ ਕੋਈ ਚੀਜ਼ ਆ ਨਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਕਿੜੀ ਨੇ ਹਾਥੀ ਜਿੱਤ ਲਿਆ ਕਿੜੀ ਕੀ ਆ ਨਿਮਰਤਾ ਹਾਥੀ ਕੀ ਆ ਹੰਕਾਰ ਨਿਮਰਤਾ ਨੇ ਹਾਥੀ ਹੰਕਾਰ ਨੂੰ ਚੁੱਕਿਆ ਉਹ ਮਾਰਿਆ ਕਿਹਦੀ ਬਦੌਲਤ ਗੋਬਿੰਦ ਦੀ ਭਗਤੀ ਦੀ ਬਦੌਲਤ ਵਿਣਗੁਣ ਕੀਤੇ ਭਗਤ ਨਾ ਹੋਏ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀ ਨੋ ਆਪਣੋ ਜਿਹਨੂੰ ਜਿਹਨੂੰ ਉਹਨੇ ਆਪਣਾ ਬਣਾ ਲਿਆ ਜਿਹਨੂੰ ਜਿਹਨੂੰ ਉਹਨੇ ਆਪਣਾ ਬਣਾ ਲਿਆ ਅਸੀਂ ਤਾਂ ਸਾਰੇ ਕਹਿੰਦੇ ਗੁਰੂ ਮੇਰਾ ਵਾ ਪਰ ਸਵਾਲ ਤੇ ਇਹ ਪੈਂਦਾ ਹਦਾ ਗੁਰੂ ਨੇ ਉਹਨੂੰ ਆਪਣਾ ਬਣਾ ਜਿਹੜਾ ਗੁਰੂ ਦੀ ਗੱਲ ਮੰਨੂ ਕਿਉਂ ਸਾਥ ਸਮਝੀ ਐਦਾਂ ਤੇ ਸਾਰੇ ਕਹੀ ਜਾਂਦੇ ਆ ਮੇਰਾ ਗੁਰੂ ਆ ਮੇਰਾ ਗੁਰੂ ਆ ਮੇਰਾ ਗੁਰੂ ਆ ਗੁਰੂ ਆਂ ਦਾ ਝੂਠ ਬੋਲਦਾ ਇਹਦਾ ਗੁਰੂ ਕੋਈ ਹੋਰ ਹੈ ਉਤੋਂ ਤੋਂ ਤੋਂ ਕਹਿੰਦਾ ਮੇਰਾ ਗੁਰੂ ਆ ਸਮਝਾਈ ਪਿਆ ਰਹੇਓ ਜਿਵੇਂ ਆਪਾਂ ਨੇ ਕਹਿੰਦੇ ਆ ਮੇਰਾ ਪਿਓ ਆ ਮੇਰਾ ਪਿਓ ਆ ਪਿਓ ਆਂਦਾ ਉਹ ਇਹ ਮੈਨੂੰ ਪਿਓ ਕਹਿੰਦੇ ਹੀ ਹੈਗਾ ਇਹਨੇ ਮੇਰੀ ਅਜ ਤੱਕ ਉੱਚੀ ਬੋਲੋ ਮਨੀ ਤੇ ਕੁ ਵੀ ਨਹੀਂ ਸਵਾਦ ਦੁੱਧਣ ਨਾ ਜਦ ਤਨ ਪਿਓ ਕਵੇ ਇਹ ਮੇਰਾ ਪੁੱਤਰ ਹੈ ਤੇ ਮੈਨੂੰ ਮਾਣ ਆਪਣੇ ਪੁੱਤ ਤੇ ਗੁਰੂ ਮਾਣ ਕਰੇ ਜੋ ਜੋ ਕੀਨੋ ਆਪਣੋ ਸਾਰੇ ਬੋਲੋ ਜੋ ਜੋ ਕੀਨੋ ਆਪਣੋ ਇਦਾਂ ਤੇ ਸਾਰੇ ਜਿਹੜੇ ਦੇਹਧਾਰੀਆਂ ਨੂੰ ਮੱਥੇ ਟਿਕਦੇ ਆ ਮਠੀਆਂ ਤੇ ਦੀਵੇ ਜਗਾਉਂਦੇ ਉਹਨਾਂ ਨੂੰ ਪੁੱਛ ਕੇ ਵੇਖੋ ਗੁਰੂ ਕਿਹੜਾ ਉਹ ਕਹਿੰਦੇ ਗੁਰੂਆਂ ਸਾਹਿਬ ਤੇ ਗੁਰੂਆਂ ਸਾਹਿਬ ਜੀ ਕਹਿੰਦੇ ਨੇ ਤੁਹਾਡੇ ਕਹਿਣ ਨਾਲ ਕੀ ਹੋਣਾ ਇਹ ਤਾਂ ਜਦੋਂ ਮੈਂ ਕਹੂੰਗਾ ਨਾ ਇਹ ਮੇਰਾ ਵਾ ਸਵਾਦ ਉਦੋਂ ਹੋਣਾ ਤੇ ਮੈਂ ਉਦੋਂ ਕਹਿਣਾ ਜਦੋਂ ਤੁਸੀਂ ਅੰਦਰੋਂ ਬਾਹਰੋਂ ਇੱਕ ਹੋ ਗਏ ਅਜੇ ਤੁਸੀਂ ਅੰਦਰੋਂ ਬਾਹਰੋਂ ਇੱਕ ਨਹੀਂ ਹੋਏ ਜੋ ਜੋ ਕੀ ਨੋ ਆਪਣੋ ਤੇਸ ਅਭੈਧਾਨ ਦੀ ਤ ਅਬੈਧਾਰਤਾ ਨਿਰਪੈਤਾ ਨਰਪੈਤਾ ਦਾ ਦਾਨ ਦੇਤਾ ਜਿੰਦ ਨਰਪੈਤਾ ਦਾ ਦਾਨ ਮਿਲ ਗਿਆ ਉਹ ਫਿਰ ਕਿਸੇ ਕੋਲੋਂ ਡਰਦਾ ਨਹੀਂ ਉਹ ਫਿਰ ਹਾਗੇ ਬਨੂ ਤ੍ਰੀਤ ਬਨੂ ਉਹ ਗੱਡੀਆਂ ਦੇ ਪਿੱਛੇ ਟੁੱਟੇ ਛਤਰ ਟੰਗੂ ਉਹ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਲਿਖੂ ਉਹ ਤੇ ਨਰਪੈ ਹੋ ਗਿਆ ਤਾਂ ਡਰੀ ਕੋਈ ਨਹੀਂ ਕੋਈ ਏਦਾਂ ਕਹਦੇ ਤੁਹਾਡੀ ਗੱਡੀ ਵਾਲ ਵੇਖ ਕੇ ਬੜੀ ਸੋਹਣੀ ਹੈ ਗੱਡੀ ਵੀ ਤੁਸੀਂ ਕਹੋ ਕਹਦੇ ਠੀਕ ਹੈ ਸੋਹਣੀ ਹੈ ਤੂੰ ਸੋਹਣੀ ਸਵਾਰੀ ਆ ਮੈਂ ਤਾਂ ਤੁਸੀਂ ਏਦਾਂ ਹੀ ਬੜੀ ਕਮਾਲ ਦੀ ਮੱਝ ਲੈਂਦੀ ਐ ਬੜਾ 15 ਕਿਲੋ ਦੁੱਧ ਚੋਇਆ ਫਤੂ ਗੰਜੀ ਚੋਇਆ ਜੀ ਗਾਚਾ ਪਾਇਆ ਪੱਠੇ ਪਾਇਆ ਕਸਟਾਲਾ ਪਾਇਆ ਖਲ ਪਾਈ ਆ ਨਿਰਪੈ ਆ ਨਾ ਤੁਸੀਂ ਤੇ ਜੇ ਨਿਰਪੈ ਨਾ ਹੋਏ ਤੇ ਜਿਨੇ ਗੱਲ ਕਹੀ ਹੋਈ ਤੁਸੀਂ ਉਹਦੇ ਪੈਰਾਂ ਦੀ ਮਿੱਟੀ ਚੁੱਕਦੇ ਫਿਰਨਾ ਤੁਸੀਂ ਦੇਖਣਾ ਸਾਡੇ ਘਰਾਂ ਚ ਆਪਣੇ ਆਮ ਘਰਾਂ ਚ ਹੁੰਦਾ ਜੇ ਤਾਈ ਆ ਗਈ ਚਾਚੀ ਆ ਗਈ ਜਾਂ ਕਈ ਵਾਰੀ ਕੋਈ ਨਾ ਕੋਈ ਹੁੰਦਾ ਘਰ ਦਾ ਜੀ ਐਸਾ ਕਹਣਾ ਹਾਏ ਉਹਨੇ ਮੱਝ ਚੋਂਦੀ ਵੇਖਿਆ ਬੜਾ ਦੁੱਧ ਮੱਝ ਸਿੰਘ ਸੁਖ ਨਾ ਕਰਨ ਲੈਂਦੀ ਆ ਤੇ ਨਾਲ ਹੀ ਨਾਲੇ ਉਹ ਜਾ ਮਾਰ ਲਾ ਪੈ ਤਾਈ ਦੇ ਪੈਰ ਦੀ ਮਿੱਟੀ ਚੋ ਕੇ ਚੁੱਲ੍ਹੇ ਸੁੱਟਦੇ ਹੋ ਹੁਣ ਵਸ ਨਹੀਂ ਚੱਲਦਾ ਤੇ ਤਾਈ ਨੂੰ ਚੁੱਲੇ ਸੁੱਟ ਦੇਣ। ਕੇਸ ਹੋ ਜਾਣਾ। ਦੁਖੀ ਤਾਈ ਤੋਂ ਪੂਰੇ ਆ। ਤੇ ਸਾਹਮਣੇ ਨਹੀਂ ਚੁੱਕਦੇ ਉਹਦੇ। ਹੁਣ ਤਾਂ ਮਿੱਟੀਆਂ ਨਹੀਂ ਰਹੀਆਂ, ਪੱਥਰਾਂ ਤੇ ਤੁਰਦੀਆਂ ਤਾਈਆਂ ਵਿਚਾਰੀਆਂ ਸਾਰੀਆਂ ਪੱਥਰ ਲੱਗੇ ਆ। ਉਹ ਆਂਦੇ ਹੁਣ ਮਿੱਟੀ ਲੱਭੀ ਕੋਈ ਨਹੀਂ ਕਹਿੰਦੇ ਉਦਾਂ ਹੀ ਸਾਖ ਸੂ ਕੇ ਚੁੱਲੇ 'ਚ ਮਾਰ। ਫਿਰ ਮਨ ਨਜ਼ਰ ਨਾ ਲੱਗਦੀ ਸਾਡੀ ਮਾਝ ਨੂੰ ਕਿਤੇ। ਦੱਸੋ। ਪਾਰ ਸਵੇਰੇ ਉੱਠ ਕੇ 2 ਵਜੇ ਵਕਤ ਪਾਇਆ ਰੱਬ ਨੂੰ ਸਵੇਰੇ ਉੱਠ ਕੇ। ਕੀ ਫਾਇਦਾ ਵੀ ਤੁਹਾਡਾ ਇਹੋ ਜਿਹਾ ਕੰਮ ਦਾ ਵੀ? ਜੋ ਜੋ ਕੀਨੋ ਆਪਣੋ ਤੇਸ ਅਭੈਦਾਨ ਦਿੱਤਾ ਸਿੰਘ ਬਿਲਾਈ ਹੋਏ ਗਇਓ ਸਿੰਘ ਸ਼ੇਰ ਬਿਲਾਈ ਬਿੱਲੀ ਹੰਕਾਰ ਸ਼ੇਰ ਜਿਹੜਾ ਬਣਿਆ ਸੀ ਨਾ ਅੱਜ ਨਿਮਰਤਾ ਜਾ ਗਿਆ ਬਿੱਲੀ ਬਣ ਗਿਆ ਝੁਗ ਗਿਆ ਸਿੰਘ ਬਿਲਾਈ ਹੋਏ ਗਇਓ ਤ੍ਰੇਣ ਮੇਰ ਦਖੀ ਤਾ ਤ੍ਰਿਣਤਾ ਮੇਰ ਸਮੇਰ ਪਰਬਤ ਜਿਹੜਾ ਟੀਲਾ ਜਿਆ ਹੀ ਨਾ ਜਿਹਨੂੰ ਆ ਸਵੇਧਿਆ ਸਰਕਾਰਾਂ ਕਹਿੰਦੇ ਓਏ ਕਿਸਾਨ ਆ ਇਹਦਾ ਟੀਲਾ ਜਿਆ ਜਦੋਂ ਸਮੇਰ ਪਰਬਤ ਹੋ ਕੇ ਟਕਰਿਆ ਵਾਪਸ ਲੈਣੇ ਪੈ ਗਨੀ ਤਨੇ ਕਾਨੂੰਨ ਲੈਣੇ ਪਏ ਜਿਹਨੂੰ ਆਦਾ ਇਹ ਟੀਲਾ ਹੈ ਇਹ ਕਿਸਾਨ ਥੋੜਾ ਹੈ ਕਿਸਾਨ ਤੇ ਖੇਤਾਂ ਚ ਕੰਮ ਕਰਦਾ ਉਹਨੇ ਕਹਾ ਠੀਕ ਹੈ ਫਿਰ ਕੋਈ ਗੱਲ ਨਹੀਂ ਤੁਰਿਆ ਇਦਾਂ ਹੀ 22 ਖਤਮ ਹੋਣ ਵਾਲਾ 22 ਚੜ ਜਾਣਾ 22 ਖਤਮ ਹੋ ਜੂ 23 ਚੜ ਜਾ 23 ਚੜੂ ਉਹਨੂੰ ਫਿਗਰ ਪੈ ਗਿਆ ਵੀ ਸਰਕਾਰ ਰਹਿਣੀ ਕੋਈ ਨਹੀਂ ਸਟੈਂਡ ਖੇਡਿਆ ਨਵਾ ਹੁਣ ਨਵਾ ਸਟੈਂਡ ਖੇਡੇ ਆੜਾ ਪੰਜਾਬ ਵਿੱਚ ਤੁਸੀਂ ਵੇਖਿਆ ਹੀ ਹੈ ਪਤਾ ਸੀ ਵੀ بارش ਕਰਕੇ ਜਾਂ ਆਪਣੀ ਹੁਣ ਸਤਾ ਚੋ ਗੱਲ ਨਹੀਂ ਰਹੀ ਆਉਣਾ ਨਹੀਂ ਬਹਾਨਾ ਕੋ ਹੋਰ ਬਣਾ ਦਿਓ ਉਹ ਚੰਗਾ ਨਿਕਲਿਆ ਪੰਜਾਬ ਦਾ सीएम ਉਹ ਸਟੈਂਡ ਲੈ ਗਿਆ ਉਹਦਾ ਵੀ ਨਾ ਗਲਤ ਇਲਜ਼ਾਮ ਲਾਉ ਸਾਡੇ ਤੇ ਕਦੀ ਉਗਰਵਾਦੀ ਕਹਿੰਦੇ ਹੋ ਕਦੀ ਕੋਈ ਚੌਥੇ ਦਿਨ ਹਰ ਪਿੰਡ 'ਚ ਕਿਸੇ ਮਾਂ ਦਾ ਪੁੱਤ ਤਿਰੰਗੇ 'ਚ ਲਪੇਟ ਕੇ ਆਉਂਦਾ ਜੇ ਤੁਸੀਂ ਤੁਸਨ ਉਗਰਵਾਦੀ ਕਹਿੰਦੇ ਹੋ ਚੌਥੇ ਦਿਨ ਇਥੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ 'ਤੇ ਲਿਖਾਇਆ ਜੈ ਜਵਾਨ ਜੈ ਕਿਸਾਨ ਕਿਸਾਨ ਭਾਵੇਂ ਕਿਸੇ ਸਟੇਟ ਦਾ ਵੀ ਹੋਵੇ ਤੁਸੀਂ ਦੱਸੋਗੇ ਸਾਨੂੰ ਤਿਰੰਗਾ ਨੀਵਾ ਕਰਕੇ ਤੁਸੀਂ ਆਪਣਾ ਫੁੱਲ ਉੱਤੇ ਲਾ ਦੋ ਤੁਸੀਂ ਤਿਰੰਗੇ ਦਾ ਸਤਿਕਾਰ ਕਰਦੇ ਹੋ ਇਧਰ ਵੇਖੋ ਤਿਰੰਗੇ ਦੀ ਗੱਲ ਵੱਖਰੀ ਗੱਲ ਹੈ ਤੁਸੀਂ ਸਾਨੂੰ ਇਸ ਦੇਸ਼ ਦਾ ਨਾਗਰਿਕ ਮੰਨਿਆ ਹੀ ਨਹੀਂ ਸ਼ੁਰੂ ਤੋਂ ਪਰ ਚੌਥੇ ਦਿਨ ਕਿਸੇ ਕਿਸਾਨ ਦਾ ਪੁੱਤ ਤਰੰਗੇ ਚ ਲਪੇਟ ਕੇ ਆਉਂਦਾ ਇਹ ਡਟ ਕੇ ਗੱਲ ਕੀਤੀ ਐ ਸੀਐਮ ਨੇ ਤੇ ਜਿਹੜੀ ਗੱਲ ਕਹੀ ਐ ਉਹਦੀ ਸਲਾਹਾ ਕਰਨੀ ਵੀ ਸਾਡੀ ਬੋਲੋ ਉੱਚੀ ਬੋਲੋ ਪਿਆਰਿਓ ਬਣਦੀ ਐ ਫੋਟੋ ਸ਼ੂਟ ਹੋਇਆ ਸਾਰਾ ਕੁਝ ਹੋਇਆ ਵਾਪਸ ਖੈਰ ਇਹ ਕਹਾਣੀਆਂ ਨੇ ਤੇ ਪੋਲੀਟੀਕਲ ਸਟੈਂਸ ਸੀ ਬੜਾ ਕੁਝ ਵਾਪਰੇ ਐ ਤੋ ਖੈਰ ਜਿਹੜੀ ਗੱਲ ਸਮਝਣ ਦੀ ਜ਼ਰੂਰਤ ਐ ਕਿ ਕਿੱਥੋਂ ਕਿੱਥੋਂ ਮਾਰ ਪੈ ਰਹੀ ਐ ਪਰ ਗੱਲ ਇਹ ਆ ਜਦੋਂ ਤੁਹਾਡੀ ਨੀਅਤ ਸਾਫ਼ ਹੋਵੇ ਅਗਲਾ ਦੁਸ਼ਮਣ ਜਿੰਨੀਆਂ ਮਰਜ਼ੀ ਚਾਲਾਂ ਚੱਲੇ तीर उल्टा چلਣਾ ਹੀ چلਣਾ ਹੈ ਜੇ ਤੁਹਾਡੀ ਨੀਅਤ ਸਾਫ ਹੈ ਤੁਸੀਂ ਇਮਾਨਦਾਰੀ ਦਾ ਪੱਲਾ ਫੜ ਕੇ ਤੁਰੇ ਜਾਓ ਸੱਚ ਕਦੀ ਡੁੱਬੇਗਾ ਨਹੀਂ ਕਿਉਂਕਿ ਇੱਕ ਦਿਨ ਸੱਚ ਦਾ ਦਿਨ ਜ਼ਰੂਰ ਆਏਗਾ ਕੂੜ ਨੂੰ ਖੁੱਟੇ ਨਾਨਕਾ ਓੜਕ ਸੱਚ ਰਹੇ ਤੋਂ ਪਾਤਸ਼ਾਹ ਜੀ ਇਥੇ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਜੋ ਜੋ ਕੀਨੋ ਆਪਣੋ ਉਸ ਅਭੈ দান ਦਿੱਤਾ ਸਿੰਘ ਬਲਾਈ ਹੋਏ ਗਏ ਹੋ ਸਿੰਘ ਬਲਾਈ ਹੋਏ ਤ੍ਰੇਣ ਮੇਰਦ ਖੀਤਾ ਜਿਹਨੂੰ ਕਾਹ ਕਹਿੰਦੇ ਸੀ ਕਾਹ ਪੈਰ ਥਲੇ ਰੱਖ ਕੇ ਲਟਾੜਿਆ ਜਾਂਦਾ ਸਮੀਰ ਪਰਬਤ ਕਿੰਨਾ ਉੱਚਾ ਹੁੰਦਾ ਕਦੇ ਅਜ ਮੇਰ ਬਣ ਗਿਆ ਟੱਕਰ ਗਿਆ ਗਾੜੀ ਹੋ ਕੇ ਜਿਹੜੇ ਕਦੀ ਲਤਾੜੇ ਜਾ ਰਹੇ ਸੀ ਇਸ ਦੇਸ਼ ਵਿੱਚ ਉਹਨਾਂ ਹੀ ਦਰਾਂ ਖੈਬਰ ਦੇ ਰਾਹ ਬੰਦ ਕੀਤੇ ਉਹਨਾਂ ਨੇ ਉਹਨਾਂ ਨੂੰ ਹੀ ਰਾਤ ਨੂੰ ਇਹ ਕਹਿਣ ਲੱਗ ਪਏ ਵੀ 12 ਵਜ ਗਏ ਸਿੱਖਾਂ ਦੇ ਰਾਤ ਨੂੰ ਉਹਨਾਂ ਦੇ ਕੋਲੋਂ ਧੀਆਂ ਪੈਣਾ ਛੱਡਾ ਕੇ ਕਰੋ ਘਰੀ ਪਚਾਉਣੀਆਂ ਸਮੀਰ ਪਰਬਤ ਬਣ ਕੇ ਵਿਖਾਏ ਨੇ ਇਹ ਸਿਹਰਾ ਸਾਡੇ ਗੁਰੂ ਨੂੰ ਜਾਂਦਾ ਜਿਨੇ ਸਾਨੂੰ ਅਣਖ ਗੈਰਤ ਸਵੈ ਮਾਣ ਵਾਲਾ ਜੀਵਨ ਜਿਉਣ ਦਾ ਬਲ ਬਖਸ਼ਿਸ਼ ਕੀਤਾ ਤੋਂ ਪਾਸ਼ਾ ਜੀ ਕਹਿੰਦੇ ਨੇ ਸਿੰਘ ਬਲਾਈ ਹੋਏ ਗਏ ਉਹ ਤ੍ਰਿਣ ਮੇਰ ਦਖੀਤਾ ਇੱਥੇ ਬਸ ਨਹੀਂ ਜੋ ਜੋ ਕੀ ਨੂੰ ਆਪ ਨੂੰ ਤਿਸ ਅਬਹਿ ਦਾਨ ਦਿੱਤਾ ਤਾਂ ਕਿਹੜੇ ਪਿਆਰੇ ਬਖਸ਼ਿਸ਼ ਪਰੇ ਬਚਨ ਕਮਨ ਵਡਾਈ ਕਹਿ ਸਕੂੰ ਮੈਂ ਤੁਹਾਡੀ ਕਿਹੜੀ ਉਪਮਾ ਕਰਾਂ ਕਿਹੜੀ ਵਡਿਆਈ ਕਰਾਂ ਕਿਹੜੀ ਮਹਿਮਾ ਕਰਾਂ ਕਿਹੜੇ ਸ਼ਬਦ ਬੋਲਾਂ ਤੁਹਾਡੇ ਬਾਰੇ ਕਮਨ ਵਡਾਈ ਕਹਿ ਸਕੂੰ ਬੇਅੰਤ ਗੁਨੀਤਾ ਤੁਸੀਂ ਬੇਅੰਤ ਗੁਣਾ ਦੇ ਮਾਲਕ ਹੋ ਕਰ ਕਿਰਪਾ ਮੋਹਿ ਨਾਮ ਦਿਓ ਮਿਰਤ ਕਿਰਪਾ ਕਰੋ ਮਿਰਤ ਰਹਿਮਤ ਕਰੋ ਨਾਨਕ ਦਰ ਸੀਤਾ ਨਾਨਕ ਤੁਹਾਡੇ ਦਰ ਦਾ ਗੁਲਾਮ ਹੈ ਤੁਹਾਡੇ ਦਰ ਨਾਲ ਸੀਤਾ ਹੋਇਆ ਹੈ ਮੈਂ ਕਿਹੜੀ ਵਡਿਆਈ ਕਰਾਂ ਕਿਹੜੀ ਮਹਿਮਾ ਕਰਾਂ ਤੁਹਾਡੀ ਆਪਣੀ ਜ਼ਿੰਦਗੀ ਵਿੱਚ ਸੰਗ ਕਰੋ ਆਪਣੇ ਗੁਰੂ ਦਾ ਬਸ ਆਹ ਫਰਕ ਚੇਤਾ ਰੱਖਿਓ ਇੱਕ ਸ਼ਬਦ ਮੈਂ ਖੀਰ ਤੇ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗਣੀ ਹੈ ਬਾਬਾ ਭਾਵੇਂ 90 ਸਾਲ ਦਾ ਹੋਵੇ 80 ਸਾਲ ਦਾ ਹੋਵੇ ਧਿਆਨ ਨਾਲ ਸੁਣੋ ਕਿਸੇ ਰੂਮ ਚ ਹੋਵੇ ਜਵਾਨ ਧੀ ਬਹੂ ਬੇਟੀ ਉਹਦੇ ਰੂਮ ਚ ਉਹਦੀ ਸੇਵਾ ਕਰਨ ਗਈ ਹੋਵੇ ਪੂਰੀ ਇਮਾਨਦਾਰੀ ਨਾਲ ਕੋਈ ਉਹਦੇ ਅੰਦਰ ਮੈਲ ਨਾ ਹੋਵੇ ਪਰ ਜਦੋਂ ਉਹਦੇ ਰੂਮ ਚੋਂ ਬਾਹਰ ਨਿਕਲੇਗੀ ਸਮਾਜ ਉਹਦੇ ਤੇ ਉਂਗਲਾ ਚੁੱਕੇਗਾ ਸਮਾਜ ਉਹਦੇ ਤੇ ਸ਼ਬਦ ਬੋਲੇਗਾ ਕਿੱਥੋਂ ਆਈਆਂ ਬਾਬੇ ਕੋਲੋਂ ਆਈਆਂ ਫਲਾਣੇ ਦਾ ਸੰਗ ਕਰਕੇ ਆਈਆਂ ਭਾਵੇਂ ਉਹ ਵਿਚਾਰੀ ਬਿਲਕੁਲ پاک ਤੇ ਪਵਿੱਤਰ ਹੋਵੇ ਪਰ ਕੋਈ ਧੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ 2 ਘੰਟੇ 3 ਘੰਟੇ ਇੱਕ ਰੂਮ ਚ ਆਪਣੇ ਗੁਰੂ ਸ਼ਬਦ ਦਾ ਸੰਗ ਕਰਕੇ ਆਈ ਹੋਵੇ ਭਰਾ ਵੀ ਮਾਨ ਕਰੇਗਾ ਬਾਪੂ ਵੀ ਮਾਨ ਕਰੇਗਾ ਧੀ ਵੀ ਮਾਨ ਕਰੇਗੀ ਮੇਰੀ ਧੀ ਗੁਰੂ ਦਾ ਸੰਗ ਕਰਕੇ ਆਈ ਹੈ ਸ਼ਬਦ ਦਾ ਜੇ ਸਰੀਰਾਂ ਦੇ ਲੜ ਲਾਉਣਾ ਹੁੰਦਾ ਬਾਪੂ ਨੇ ਸ਼ਾਨੂੰ ਗੁਰੂ ਅਮਰਦਾਸ ਇਹ ਸ਼ਬਦ ਕਦੀ ਨਾ ਬੋਲਦੇ ਆ ਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਪਰ ਫੇ ਵੀ ਸਾਡੇ ਸਮਾਜ ਨੂੰ ਸਮਝ ਨਹੀਂ ਆ ਰਹੀ ਫੇ ਵੀ ਤੜਾ ਤੜ ਕੋਈ ਕਿਸੇ ਮਗਰ ਲੱਗਾ ਕੋ ਕਿਸੇ ਮਗਰ ਲੱਗਾ ਆਓ ਸਤਕਾਰ ਕਰੋ ਆਪਣੇ ਘਰਾਂ ਦੇ ਬਜ਼ੁਰਗਾਂ ਦਾ ਤੇ ਬਜ਼ੁਰਗਾਂ ਦਾ ਵੀ ਫਰਜ ਬੰਦਾ ਹੈ ਸਤਕਾਰ ਦੇ ਯੋਗ ਬਣੋ ਨਸ਼ੇ ਛੱਡੋ ਨਸ਼ਿਆਂ ਦਾ ਕੋੜ ਆਪਣੇ ਘਰਾਂ ਚੋਂ ਵੱਢੋ ਨੂੰਹਾਂ ਨੂੰ ਧੀਆ ਬਣਾ ਲਓ ਮੇਰੀ ਧੀ ਹੈ ਮੈਂ ਦੋ ਧੀਆ ਵਿਆਹ ਕੇ ਲਿਆਇਆ ਇੱਕ ਧੀ ਘਰੋਂ ਤੋਰੀਏ ਦੋ ਧੀਆ ਘਰ ਵਿਆਹ ਕੇ ਲਿਆਇਆ ਸੱਸਾਂ ਦਾ ਫਰਜ ਬੰਦਾ ਹੈ ਤੁਸੀਂ ਇੱਕ ਧੀ ਘਰੋਂ ਤੋਰੀਏ ਦੋਹਾਂ ਨੂੰ ਧੀਆ ਬਣਾ ਲਓ ਘਰ ਬੈ ਕੁੰਠ ਬਣ ਜਾਣਗੇ ਕਰ ਸਵਰਗ ਬਣ ਜਾਣਗੇ ਵਿਤਕਰੇ ਜਦੋਂ ਜੀਵਨ ਚਾਉਂਦੇ ਨੇ ਫਿਰ ਜਿੰਨੀਆਂ ਮਰਜੀ ਜੜੀਆਂ ਬੂਟੀਆਂ ਲਾਓ ਜਿੰਨੇ ਮਰਜੀ ਲੌਂਗ ਲਾਚੀਆਂ ਕਰਾ ਕਰਾ ਕੇ ਘੋਲ ਘੋਲ ਪੀ ਜਾਓ ਨਹੀਂ ਗੱਲ ਬਣਨੀ ਜਦੋਂ ਤੱਕ ਅਸੀਂ ਆਪਣਾ ਵਰਤੋਂ ਵਿਹਾਰ ਸਹੀ ਨਹੀਂ ਕਰਦੇ ਇਹ ਸਿੱਖਣ ਦੀ ਜ਼ਰੂਰਤ ਹੈ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਪੈ ਚਿਤ ਆਓ ਆਪਣੇ ਗੁਰੂ ਦਾ ਸੰਗ ਕਰੀਏ ਗੁਰੂ ਦੀ ਬਾਣੀ ਪੜ੍ਹੀਏ ਮੇਰੇ ਮਾਦੋ ਜੀ ਸਤ ਸੰਗਤ ਮਿਲਿਆ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸੁੱਕਾ ਦਰਖਤ ਵੀ ਹਰਿਆ ਹੋ ਜਾਂਦਾ ਜਦੋਂ ਉਹਨੂੰ ਪਾਣੀ ਮਿਲਦਾ ਹੈ ਉਹਦੇ ਕੋਈ ਜੜਾਂ ਨੂੰ ਪਾਣੀ ਪਉਂਦਾ ਸਾਰੇ ਜਾਣੇ ਇੱਕ ਵਾਰੀ ਤੁਕਾਂ ਪੜੀਏ ਫਿਰ ਸਮਾਪਤੀ ਹੈ ਮਹਿਮਾ ਸਾਧੂ ਸੰਗ ਕੀ 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 ਸੁਣੋ ਮੇਰੇ ਮੀਤਾ ਸੁਣੋ ਮੇਰੇ ਮੀਤਾ ਮੈਲਖੋਈ ਕੋਟ ਅਗ ਹਰੇ ਮੈਲਖੋਈ ਕੋਟ ਅਗ ਹਰੇ ਨਿਰਮਲ ਪਹਿਚੀਤਾ ਨਿਰਮਲ ਪਹਿਚੀਤਾ ਨਿਰਮਲ ਪਹਿਚੀਤਾ ਨਿਰਮਲ ਪਹਿਚੀਤਾ ਨਿਰਮਲ ਪਹਿਚੀਤਾ ਨਿਰਮਲ ਪਹਿਚੀਤਾ सागर तरिया साधु संगे सागर तरिया साधु संगे निर नाम जपो हर रंगे निरपौ नाम जपो को हर रंगे कोटान कोट शुकराना है अकाल पुरख वाहगुरु जी का जिन्ह ने बल ਉਦਮ ਚਾਉ ਪ੍ਰੇਰਣਾ ਬਖਸ਼ਿਸ਼ ਕੀਤੀ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਇਲਾਕਾ ਨਿਵਾਸੀ ਸਮੂਹ ਸੰਗਤਾਂ ਨੇ ਰਲ ਮਿਲ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਅੱਜ ਦਾ ਇਹ ਗੁਰਮਤ ਸਮਾਗਮ ਉਲੀਕਿਆ ਜਿਸ ਵਿੱਚ ਆਪਾਂ ਸਾਰਿਆਂ ਨੇ ਬਹੁਤ ਪਿਆਰ ਨਾਲ ਹਾਜ਼ਰੀ ਭਰੀ ਹੈ ਇਥੋਂ ਦੀ ਸਮੁੱਚੀ ਸੰਗਤ ਪ੍ਰਬੰਧਕ ਵੀਰ ਸਾਰੀਆਂ ਮੇਰੀਆਂ ਭੈਣਾਂ ਵੀਰ ਬਜ਼ੁਰਗ ਬੱਚੇ ਦੂਰਾਂ ਨੇੜਿਆਂ ਤੋਂ ਤੁਸੀਂ ਆਈ ਦੀ ਦੀਵਾਨ ਚ ਹਾਜ਼ਰੀ ਭਰੀ ਹੈ ਜਿਨ੍ਹਾਂ ਨੇ ਵੀ ਇਸ ਦੀਵਾਨ ਵਿੱਚ ਸੇਵਾਵਾਂ ਕੀਤੀਆਂ ਨੇ ਪਾਵੇਂ ਜੋੜਿਆਂ ਦੀ ਸੇਵਾ ਹੈ ਬਾਹਰ ਮੇਰੇ ਵੀ ਸਟਾਲ ਦੀ ਸੇਵਾ ਕਿਤਾਬਾਂ ਦੀ ਸੇਵਾ ਕਰ ਰਹੇ ਨੇ ਮੈਗਜ਼ੀਨ ਬੁੱਕ ਕਰ ਰਹੇ ਨੇ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੋ ਅਖੀਰ ਤੇ ਬੇਨਤੀ ਹੈ ਆਪਣੇ ਘਰਾਂ ਚ ਸਹਿਜ ਪਾਠ ਆਰੰਭ ਕਰੋ ਪਾਵੇਂ ਇੱਕ ਕੰਕ ਰੋਜ ਪੜੋ ਦੋ ਪੜੋ ਬਾਣੀ ਆਪ ਆਪਣੇ ਘਰਾਂ ਵਿੱਚ ਪੜਨ ਦੀ ਕੋਸ਼ਿਸ਼ ਕਰਿਆ ਕਰੋ ਗੁਰੂ ਦੀ ਬਾਣੀ ਆਪਣੇ ਘਰਾਂ ਚ ਪੜੀਏ ਸਮਝੀਏ ਵਿਚਾਰੀਏ ਆਪਣੇ ਘਰਾਂ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਚੰਗੇ ਸੰਸਕਾਰ ਚੰਗੀ ਸਿੱਖਿਆ ਦੇਣ ਦਾ ਯਤਨ ਕਰੀਏ ਗੁਰੂ ਬਖਸ਼ਿਸ਼ ਕਰੇ ਨਸ਼ਿਆਂ ਤੋਂ ਰਹਿ ਤੋ ਕਿ ਸੋਹਣੇ ਸਮਾਜ ਦੀ ਸਿਰਜਣਾ ਕਰਨ ਦਾ ਯਤਨ ਕਰੀਏ ਸਾਰਿਆਂ ਦਾ ਧੰਨਵਾਦ ادب ਸਤਿਕਾਰ ਨਾਲ ਫਤਿ ਬਲਾਓ ਬਹੁਤ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ